ਆਜੋ ਜੀ ਆਜੋ ਕਰਮਜੀਤ ਜੀ। ਹਾਂ ਜੀ, ਰਵੀ ਦਾ ਫੋਨ ਤੁਹਾਡੇ ਕੋਲ? ਹਾਂ ਜੀ। ਉਹ ਮੇਰੀ ਨਾ ਅੱਖ ਲੱਗ ਗਈ ਸੀ ਬਸ। ਅੱਛਾ ਜੀ, ਤੁਹਾਨੂੰ ਪਤਾ ਥਕਾਵਟ ਜ਼ਿਆਦਾ ਹੋ ਗਈ, ਅੱਜ ਕੰਮ ਵੀ ਬਹੁਤ ਜ਼ਿਆਦਾ ਸੀ। ਅੱਛਾ, ਹਾਂ ਜੀ ਫੜਾਤੇ ਤੁਹਾਨੂੰ? ਹਾਂ ਹਾਂ, ਮੈਨੂੰ ਫੜਾਤੇ ਜੀ। ਆ ਸਾਰੀ ਰੱਖ ਲਓ ਜਰਾ ਬੈਗ। ਹਾਂ ਜੀ, ਅੱਜ ਤੁਸੀਂ ਆ ਕੱਪੜੇ ਕਿਵੇਂ ਦੇ ਪਾਏ ਨੇ? ਅੱਛਾ ਭਰਜਾਈ, ਤੁਸੀਂ ਮੈਨੂੰ ਭੁਲੇਖਾ ਖਾ ਕੇ ਲੱਗਦਾ। ਭੁਲੇਖਾ? ਹਾਂ, ਆ ਪੈਸੇ ਸਾਂਭ ਲਓ ਪਹਿਲਾਂ। ਹੈ ਤਾਂ ਤੁਸੀਂ ਕਰਮਜੀਤ ਹੀ? ਨਹੀਂ, ਮੈਂ ਉਹਦਾ ਭਾਈ ਹਾਂ, ਛਿੰਦਾ। ਭਾਈ ਛਿੰਦਾ? ਹਾਂ, ਪਰ ਸ਼ਕਲ ਤਾਂ ਸੇਮ ਹੈ। ਬਸ ਸਾਡੀ ਸ਼ਕਲਾਂ ਹੀ ਮਿਲਦੀ ਹੈ ਜੀ। ਮੈਨੂੰ ਨਾ ਉਹਨੂੰ ਪਿੰਡੋਂ ਬੁਲਾਇਆ, ਉਹ ਕਹਿੰਦਾ ਥੋੜਾ ਜਿਹਾ ਕੰਮ ਹੈ ਇੱਥੇ। ਅੱਛਾ ਅੱਛਾ, ਵੀ ਆ ਕੇ ਜਾ। ਚਲੋ ਠੀਕ ਹੈ। ਰਵੀ ਨੂੰ ਤਾਂ ਇਸ ਗੱਲ ਦਾ ਪਤਾ ਹੈ ਨਾ? ਰਵੀ ਨੂੰ? ਹਾਂਜੀ। ਰਵੀ ਨੂੰ ਨਹੀਂ ਸ਼ਾਇਦ ਪਤਾ ਹੈਗਾ। ਅੱਛਾ, ਤੁਸੀਂ ਮੈਨੂੰ ਦੱਸੀ ਇਹ ਗੱਲ? ਹਾਂ, ਮੈਂ ਤੁਹਾਡੇ ਕੋਲ ਹੀ ਦੱਸੀ ਹੈ। ਰਵੀ ਤਾਂ ਜੰਮੀ ਭੁਲੇਖਾ ਖਾ ਗਿਆ ਹੋਊਗਾ। ਪਰ ਰਵੀ ਨੂੰ ਤਾਂ ਦੱਸਣਾ ਸੀ ਨਾ। ਚਲੋ, ਉਹ ਮੇਰਾ ਭਾਈ ਦੱਸ ਦੂ ਆਪੇ। ਚਲੋ ਕੋਈ ਨਾ, ਰਵੀ ਨਾਲ ਤਾਂ ਮੈਂ ਗੱਲ ਕਰ ਲੂੰ। ਹਾਂ ਜੀ ਹਾਂ। ਅੱਛਾ, ਪੈਸੇ ਤੁਹਾਨੂੰ ਫੜਾਤੇ? ਹਾਂ। ਠੀਕ ਹੈ ਜੀ, ਓਕੇ। ਚਲੋ ਠੀਕ ਹੈ ਜੀ, ਤੁਸੀਂ ਜਾ ਸਕਦੇ ਹੋ। ਠੀਕ ਹੈ ਜੀ, ਠੀਕ ਹੈ ਜੀ। ਤੇ ਕਹਿ ਦਿਓ ਵੀ ਪੈਸੇ ਆ ਗਏ ਸੀਗੇ। ਹਾਂ ਜੀ ਹਾਂ ਜੀ, ਕੋਈ ਨਹੀਂ। ਠੀਕ ਹੈ ਜੀ, ਮੈਂ ਤਾਂ ਇਹੋ ਜਿਹਾ ਕੰਮ। ਮੈਂ ਕਿੱਧਰ ਕਿੱਧਰ ਜਾਣਾ? ਇਹ ਕੌਣ ਹੈ ਮੈਡਮ? ਤੁਸੀਂ ਇਸ ਟਾਈਮ ਕੀ ਦੱਸਾਂ ਕੌਣ ਰੰਗ ਬਦਲ ਗਿਆ ਹੁਣ ਇਸ ਟਾਈਮ? ਪਰ ਸਰ ਮੇਰੀ ਇੱਕ ਮਿੰਟ ਮੈਮ, ਮੇਰੀ ਗੱਲ ਤਾਂ ਸੁਣੋ ਜੀ। ਤੁਸੀਂ ਤਾਂ ਜਾਣਦੇ ਹੋ। ਹਾਂਜੀ ਸਰ, ਮੇਰੀ ਗੱਲ ਸੁਣੋ ਮੈਡਮ, ਇੱਕ ਮਿੰਟ ਛੱਡੋ ਜੀ। ਤੁਸੀਂ ਕੀ ਸਮਝ ਰਹੇ ਹੋ ਜੀ? ਮੈਨੂੰ ਸਮਝ ਨਹੀਂ ਆਉਂਦੀ ਜੀ, ਕੀ ਮੈਨੂੰ ਸਾਰੀ ਸਮਝ ਲੱਗ ਗਈ ਸਰ, ਮੇਰੀ ਗੱਲ ਸੁਣੋ ਜੀ। ਜ਼ੁਬਾਨ ਬੰਦ ਰੱਖ ਸਰ, ਮੇਰੀ ਗੱਲ ਸੁਣ ਲਓ ਜੀ। ਚੁੱਪ ਕਰ ਮੈਡਮ ਜੀ, ਮੈਨੂੰ ਸਮਝ ਨਹੀਂ ਆਉਂਦੀ ਕਿ ਹੋਈ ਕੀ ਜਾਂਦਾ। ਕਰੋਸੇ ਬਾਜੀ ਮਾੜੀ ਜੀ, ਬਸ ਕੋਈ ਗੱਲ ਨਹੀਂ। ਜਿਆਦਾ ਮੈਡਮ ਉੱਚੀ ਆਵਾਜ਼ ਨਹੀਂ। ਪੁੱਤ ਭੱਜ ਗਿਆ ਸੀ, ਹੁਣ ਕਿੱਥੋਂ ਭੱਜ ਗਿਆ? ਭੱਜ ਗਿਆ ਸੀ ਜੇਲ੍ਹ ਤੋਂ। ਹੁਣ ਮੈਂ ਤਾਂ ਕਦੇ ਜੇਲ੍ਹ ਹੀ ਨਹੀਂ ਗਿਆ ਜੀ, ਮੈਂ ਤਾਂ ਪਿੰਡੋਂ ਆਇਆ ਜੀ ਕੱਲ। ਬੜਾ ਤਰਸ ਆਉਂਦਾ, ਬੜੇ ਡਰਾਮੇ ਆਉਂਦੇ। ਨਹੀਂ ਜੀ, ਮੇਰੇ ਭਾਈ ਨੂੰ ਪੁੱਛ ਲਓ ਤੁਸੀਂ। ਕਿਹੜਾ ਭਾਈ ਓਏ, ਕਿਹੜਾ ਭਾਈ? ਹਾਂ ਜੀ ਸਰ, ਉਹਨਾਂ ਦੇ ਡਰਾਮੇ ਨੇ ਗਾ ਡਬਲ ਰੋਲਾਂ ਦੇ। ਉਹ ਨਹੀਂ ਜੀ, ਮੈਂ ਨਹੀਂ ਨਾ ਕਰ, ਤੈਨੂੰ ਕਿਹਾ ਨਾ ਮੈਂ ਨਾ ਕਰ। ਉਹ ਮੈਨੂੰ ਨਾ ਮਾਰੋ ਜੀ, ਉਹ ਮੇਰਾ ਕੋਈ ਕਸੂਰ ਨਹੀਂ ਜੀ। ਕਸੂਰ ਨਹੀਂ, ਭੱਜ ਗਿਆ ਸੀ ਮੇਰਾ। ਰਵੀ ਕਿੱਥੇ ਬੋਲ, ਸਾਰਾ ਪਤਾ ਤੈਨੂੰ, ਸਾਰਾ ਪਤਾ ਬੋਲ। ਮੈਡਮ ਮੈਡਮ, ਮੇਰੀ ਗੱਲ ਸੁਣੋ, ਮੇਰਾ ਨਹੀਂ ਪਤਾ। ਮਰੋੜੋ ਗੱਲ, ਗੱਲ ਮਰੋੜੋ ਦਾ ਰਵੀ ਪੁੱਛੋ ਨੂੰ। ਮੈਡਮ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਜੀ। ਬਗ ਜਾ, ਮੈਂ ਤਾਂ ਪੁੱਛ ਬਗ ਜਾ। ਰਵੀ ਕੱਲ ਤਾਂ ਬਾਹਰ ਹੈ, ਮੈਨੂੰ ਕੋਈ ਫੋਨ ਕਾਲ ਚਾਹੇ ਤੁਸੀਂ ਚੈੱਕ ਕਰ ਲਓ, ਮੈਨੂੰ ਫੋਨ ਕਾਲ ਕੁਝ ਨਹੀਂ ਆਇਆ। ਸੁਣੋ ਨਹੀਂ ਪਤਾ, ਸਾਰਾ ਕੁਝ ਪਤਾ ਤੁਹਾਨੂੰ? ਨਹੀਂ ਮੈਡਮ, ਮੈਨੂੰ ਨਹੀਂ ਪਤਾ ਰਵੀ ਬਾਰੇ ਨਾ। ਮੈਡਮ ਕੋਈ ਨਾ, ਮਾਰੇ ਨਾ ਜੀ, ਮੈਂ ਤਾਂ ਪਿੰਡ ਹੀ ਭੱਜ ਗਿਆ। ਰਵੀ ਰਹਿ ਗਿਆ ਤੇਰੇ ਦਾ। ਬੋਲੋ ਰਵੀ ਦਾ ਕੱਲ ਕੱਲ ਦਾ ਘਰ ਨਹੀਂ ਹੈਗਾ, ਮੈਂ ਦੱਸ ਰਹੀ ਹਾਂ, ਤੁਸੀਂ ਮੇਰਾ ਫੋਨ ਚੈੱਕ ਕਰ ਸਕਦੇ ਹੋ। ਜੇ ਤੈਨੂੰ ਇਹ ਗੱਲ ਪਤਾ ਹੋਈ ਨਾ, ਤੇਰਾ ਇਹੋ ਜਿਹਾ ਹਾਲ ਕਰੂੰਗਾ ਇਦੋਂ ਬਾਅਦ ਮੈਂ। ਰਵੀ ਦਾ ਹੀ ਫੋਨ ਹੈ ਨਾ? ਨਹੀਂ ਨਹੀਂ ਮੈਡਮ, ਸਰ ਰਵੀ ਦਾ ਫੋਨ ਹੈ, ਤੁਸੀਂ ਦੇਖ ਲਓ ਜੀ, ਮੇਰੇ ਘਰ ਤੋਂ ਫੋਨ ਆਇਆ। ਘਰ ਦਾ ਨਹੀਂ, ਰਵੀ ਦਾ ਫੋਨ। ਉਹ ਮੇਰੇ ਪਾਪਾ ਬਿਮਾਰ ਨੇ ਜੀ, ਘਰ ਤੋਂ ਫੋਨ ਆਇਆ, ਤੁਸੀਂ ਚੱਕ ਕੇ ਦੇਖ ਲਓ, ਗੱਲ ਕਰ ਲਓ ਭਾਵੇਂ। ਇਹ ਰਵੀ ਦਾ ਫੋਨ ਹੀ ਆਇਆ ਨਾ? ਹੈਲੋ ਬੋਲ, ਤੈਨੂੰ ਤਾਂ ਪਤਾ ਹੀ ਨਹੀਂ। ਹੈਲੋ ਆ ਗਿਆ, ਹੈਲੋ ਆਵਾਜ਼ ਨਹੀਂ ਆ ਰਹੀ। ਹੈਲੋ ਹੈਲੋ, ਹੈਂਡ ਫ੍ਰੀ ਕਰ, ਹੈਂਡ ਫ੍ਰੀ। ਓ ਸਰ ਆਵਾਜ਼ ਨਹੀਂ ਆ ਰਹੀ ਜੀ, ਕੋਈ ਗੱਲ ਨਹੀਂ, ਦੁਬਾਰਾ ਆ ਜਾਊਗਾ। ਇਹਨਾਂ ਦਾ ਮੈਡਮ ਦੁਬਾਰਾ ਆ ਜਾਊਗਾ। ਚਲੋ ਨਿਗਾਹ ਤੇਰੇ ਤੇ ਆ ਹੁਣ ਮੇਰੀ।
ਹੁਣ ਨਾ ਭੱਜਣ ਭਜਾਉਣ ਵਾਲੇ ਕੰਮ ਖਤਮ ਆ, ਖੇਡ ਖਤਮ ਹੋ ਗਈ ਹੁਣ, ਐਨਕਾਊਂਟਰ ਕਰੂੰਗਾ ਨਾਲੇ ਇਹਨੂੰ ਲੱਭ ਲਈ ਇਦੂ ਬਾਅਦ, ਠੀਕ ਹੈ ਬਾਈ? ਦੱਸ ਦੀ ਆਪਣੇ ਖਸਮ ਨੂੰ ਬਾਈ ਮੇਰੇ ਭਾਈ ਨੂੰ ਬੁਲਾ ਲਓ ਇੱਕ ਵਾਰੀ, ਬਾਈ ਮੇਰੇ ਭਾਈ ਨੂੰ ਬੁਲਾ ਲਓ ਇੱਕ ਵਾਰੀ, ਮੈਡਮ ਜੀ ਮੈਡਮ ਜੀ ਹੱਲੀਆਂ ਸਾਹ ਲੈ, ਪਰ ਮੇਰਾ ਫੋਨ ਤਾਂ ਦੇ ਦੋ, ਕੀ ਹੈ ਆ ਰਵੀ ਤਾਂ ਇੱਕ ਕੰਮ ਨਹੀਂ ਚੱਜ ਨਾਲ ਹੁੰਦਾ, ਹੋਰ ਹੀ ਪੰਗਾ ਪਵਾ ਕੇ ਰੱਖਤਾ, ਰਹਿੰਦਾ ਖੁੰਦਾ ਕਰਮਜੀਤ ਦਾ ਹਮਸ਼ਕਲ, ਪਤਾ ਨਹੀਂ ਮਾੜੇ ਕਰਮਾਂ ਦਾ ਕਿਹੋ ਜਿਹਾ ਆਇਆ ਸੀ, ਹੁਣ ਦੱਸ ਸਿਆਪਾ ਨਵਾਂ ਛਿੜ ਗਿਆ, ਦੱਸ ਹੁਣ ਮੇਰੇ ਕੋਲ ਕੋਈ ਫੋਨ ਵੀ ਨਹੀਂ ਹੈਗਾ ਵੀ ਮੈਂ ਰਵੀ ਨੂੰ ਕਾਲ ਕਰ ਲਾਂ, ਇੱਕ ਰਵੀ ਨੇ ਵੀ ਇਸ ਟਾਈਮ ਮੈਂ ਫੋਨ ਲਾਉਣਾ ਸੀ, ਮੇਰਾ ਤਾਂ ਮੈਂ ਸੱਚੀ ਦਿਮਾਗ ਖਰਾਬ ਕਰ ਦੂਗਾ ਇਹ ਮੁੰਡਾ, ਕੁਛ ਨਹੀਂ ਸਮਝ ਆ ਰਿਹਾ ਮੈਂ ਕੀ ਕਰਾਂ, ਪਾਣੀ ਪੀ ਕੇ ਆਵਾਂ ਮੈਂ ਪਹਿਲਾਂ। ਡੈਡੀ ਜੀ ਹਾਂ ਪੁੱਤਾ ਕੀ ਕਰ ਰਹੇ ਹੋ? ਉਸ ਨੇ ਬਸ ਹਿਸਾਬ ਕਿਤਾਬ ਜਾਂ ਦੇਖਦਾ ਸੀਗਾ। ਅੱਛਾ, ਪਹਿਲਾਂ ਤਾਂ ਮੈਂ ਤੁਹਾਨੂੰ ਥੈਂਕ ਯੂ ਕਹੂੰਗੀ ਵੀ ਤੁਸੀਂ ਮੈਨੂੰ ਅੱਜ ਲੈਣ ਆ ਗਏ, ਮੈਨੂੰ ਮਤਲਬ ਇਹ ਚੀਜ਼ ਮੈਨੂੰ ਲੱਗਦੀ ਨਹੀਂ ਸੀ ਵੀ ਹਾਂ, ਇਹ ਉਮੀਦ ਨਹੀਂ ਸੀ ਮੈਨੂੰ ਤੁਹਾਡੇ। ਮੈਨੂੰ ਤਾਂ ਬਹੁਤ ਉਮੀਦਾਂ ਪਤਾ ਤੇਰੇ ਤਾਂ ਹੀ, ਪਤਾ ਨਹੀਂ ਤੁਹਾਨੂੰ ਮੇਰੇ ਤੱਕ ਉਮੀਦ ਕਿਉਂ ਨਹੀਂ ਰਹਿੰਦੀ, ਮੇਰੀ ਧੀ ਹੈ ਤੂੰ। ਡੈਡੀ ਜੀ ਤੁਸੀਂ ਆਪਣੇ ਆਪ ਨੂੰ ਪੁੱਛੋ ਨਾ ਵੀ ਅਸੀਂ ਤੁਹਾਡੇ ਤੋਂ ਕਿਉਂ ਨਹੀਂ ਉਮੀਦ ਲਾਉਂਦੇ। ਇਸ ਕਰਕੇ ਕਿ ਮੈਂ ਦੂਜਿਆਂ ਬਾਰੇ ਥੋੜ੍ਹਾ ਜਿਹਾ ਜ਼ਿਆਦਾ ਸੋਚਦਾ। ਜ਼ਰੂਰ ਜੀ, ਆਹੀ ਗੱਲ ਹੈ ਨਾ। ਹਾਂਜੀ ਕੋਈ ਗੱਲ ਨਹੀਂ, ਹੁਣ ਮੈਂ ਸਮਾਂ ਕੱਢਣ ਲੱਗ ਗਿਆ, ਸਾਰਿਆਂ ਤੋਂ ਪਹਿਲਾਂ ਮੇਰਾ ਪਰਿਵਾਰ ਬਾਅਦ ਚ ਦੂਜੇ, ਠੀਕ? ਤੁਹਾਨੂੰ ਤੁਸੀਂ ਕੀ ਸੋਚ ਕੇ ਆਏ ਮੈਨੂੰ ਲੈਣ? ਮੈਂ ਤਾਂ ਇੱਕਦਮ ਉੱਥੇ ਹੱਕੀ ਬੱਕੀ ਰਹਿ ਗਈ ਵੀ ਡੈਡੀ ਮੈਨੂੰ ਲੈਣ ਆਏ ਨੇ, ਵੀ ਬੁਲਟ ਤੇ ਜਦੋਂ ਦੀ ਬਾਹਰੋਂ ਆਈ ਸੀ ਕਦੋਂ ਦੀ ਰਿਕੁਐਸਟ ਕਰ ਰਹੀ ਸੀ ਮੈਨੂੰ ਕਿਤੇ ਗੇੜਾ ਕਢਵਾ ਦਿਓ ਗੇੜਾ ਕਢਵਾ ਦਿਓ, ਕਦੇ ਕਿਤੇ ਲੈ ਕੇ ਨਹੀਂ ਸੀਗੇ ਕਿ ਹੁਣ ਮੈਂ ਦੂਰ ਰਹਿਣ ਲੱਗ ਗਈ ਤਾਂ ਕਰਕੇ ਆ ਗਏ ਸੀ ਰਹਿਣ। ਨਹੀਂ ਨਹੀਂ ਉਹ ਫਿਰ ਮੈਂ ਕਿੰਨਾ ਚਿਰ ਮੈਂ ਡਰਦਾ ਰਹੂੰਗਾ, ਬਾਕੀ ਸਿਰੇ ਉੱਥੇ ਅੱਡੇ 'ਤੇ ਬੜਾ ਟਾਈਮ 'ਚ ਖੜਨਾ ਠੀਕ ਨਹੀਂ ਰਹਿੰਦਾ, ਫਿਰ ਤਾਂ ਕਰਕੇ ਮੈਂ ਉਹਦੇ ਗਿਆ, ਅੱਜ ਕੱਲ੍ਹ ਹਾਲਾਤ ਮਾੜੇ ਆ ਤੈਨੂੰ ਪਤਾ ਕਰ ਪਤਾ ਨਹੀਂ ਗੱਲ ਦੇ, ਤਾਂ ਕਰਕੇ ਫਿਰ ਮੈਂ ਉਹਦੇ ਗਿਆ। ਸਕਾਊਟਾਂ ਨੂੰ ਉਡੀਕਦਾ ਰਹਿੰਦਾ, ਘੰਟਾ ਘੰਟਾ ਲੱਗ ਜਾਂਦਾ, ਬੈਠੋ ਗੱਡੀ 'ਚ ਆਓ, ਦੋ ਮਿੰਟ ਲੱਗੇ ਦੋ ਮਿੰਟ ਲੈ ਕੇ ਘਰ ਆ ਗਏ। ਅੱਛਾ, ਅਤੇ ਡੈਡੀ ਮੈਨੂੰ ਐਂ ਦੱਸੋ ਘਰ ਸਾਰੇ ਠੀਕ ਨੇ ਹੁਣ? ਹਾਂ ਵਧੀਆ, ਓਕੇ ਦੀ ਰਿਪੋਰਟ। ਹਾਂ ਸੱਚ ਮੈਂ ਤੁਹਾਨੂੰ ਗੱਲ ਹੀ ਦੱਸਣੀ ਭੁੱਲ ਗਿਆ, ਸਾਰੀ ਗੱਲ ਕਲੀਅਰ ਹੋ ਗਈ ਜਿਹੜੀ ਆਪਾਂ ਗੱਲ ਕਹਿੰਦੇ ਹੁੰਦੇ ਸੀ ਨਾ ਵੀ ਦਾਦੀ ਕਲੇਸ਼ ਪਾਈ ਜਾਂਦੀ ਆ, ਦਾਦੀ ਕਲੇਸ਼ ਪਾਉਂਦੀ ਨਹੀਂ ਸੀ, ਪਵਾਇਆ ਜਾਂਦਾ ਸੀਗਾ। ਪਵਾਇਆ ਜਾਂਦਾ ਸੀ ਮਤਲਬ? ਜਿਹੜੀ ਆਪਣੇ ਘਰ ਸੀਗੀ ਉਹ ਸੋਨੀ ਨਹੀਂ ਸੀਗੀ, ਉਹ ਸੰਕੋ ਸੀਗੀ। ਸੋਨੀ? ਡੈਡੀ ਕੀ ਕਹਿ ਰਿਹਾ ਮੈਨੂੰ ਕੋਈ ਸਮਝ ਨਹੀਂ ਆ ਰਿਹਾ। ਸੋਨੀ ਸਮਝ ਤਾਂ ਸਾਨੂੰ ਵੀ ਨਹੀਂ ਆਉਂਦੀ, ਇਹ ਦੋ ਆ ਗਈ, ਇੱਕ ਸੋਨੀ ਇੱਕ ਸੰਕੋ ਆ, ਜਮਾਂ ਇੱਕੋ ਹੀ ਆ, ਭੋਰਾ ਵੀ ਨਹੀਂ ਪਤਾ ਲੱਗਦਾ। ਉਹ ਤਾਂ ਇੱਕ ਥਾਂ ਸਾਨੂੰ ਪਤਾ ਲੱਗ ਗਿਆ ਸੀ, ਫੜ ਕੇ ਲੈ ਕੇ ਗਏ ਸੋਨੀ ਨੂੰ, ਉਹ ਬੰਨੀ ਬੈਠੇ ਸੀਗੇ ਵੀ ਇੱਥੇ ਸੀ ਮੇਲੇ ਨੂੰ ਮਰਵਾ ਦਿਆਂਗੇ, ਆਹ ਚੱਕਰ ਸੀ। ਪਰ ਇਹਨਾਂ ਦਾ ਡਬਲ ਰੂਲ ਕਦੋਂ ਆ ਗਿਆ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਡੈਡੀ? ਕੁਛ ਪਤਾ ਤਾਂ ਸੀਗਾ, ਇਹ ਪਹਿਲਾਂ ਸੀ ਛੜਾ ਲਿਆ ਸੀ ਸਾਨੂੰ, ਆਈ ਸੋਨੀ ਸਾਡੇ ਕੋਲ ਆ ਗਈ, ਇਹਨਾਂ ਨੇ ਪਤਾ ਲੱਗ ਗਿਆ ਕਿਵੇਂ, ਇਹਨਾਂ ਨੇ ਦੁਬਾਰੇ ਫੇਰ ਅਦਲਾ ਬਦਲੀ ਕਰਤੀ। ਤੁਸੀਂ ਤਾਂ ਡੈਡੀ ਮੈਨੂੰ ਵੀ ਨਹੀਂ ਦੱਸਿਆ ਹੈਗਾ। ਡੈਡੀ ਤੁਹਾਨੂੰ ਯਾਦ ਹੈ ਇੱਕ ਵਾਰੀ ਜਦੋਂ ਮੈਂ ਉੱਥੋਂ ਭੱਜ ਕੇ ਆਈ ਸੀ ਕਿਡਨੈਪਰਾਂ ਤੋਂ, ਉਦੋਂ ਜਦੋਂ ਮੈਨੂੰ ਧੱਕੇ ਮਾਰ ਕੇ ਬਾਹਰ ਕੱਢ ਰਹੀ ਸੀ? ਹਾਂ ਠੀਕ ਹੈ, ਫਿਰ ਇਹ ਉਦੋਂ ਛਮਕੋ ਸੀ, ਸੋਨੀ ਮਾਸੀ ਨਹੀਂ ਸੀ ਇਹ। ਹਾਂ ਜਿਹੜੀ ਉਦੋਂ ਕਹਿੰਦੀ ਸੀ ਮੈਂ ਕਿ ਤੂੰ ਕੌਣ ਆ ਗਈ, ਜੇ ਸੋਨੀ ਹੁੰਦੀ ਤਾਂ ਹੀ ਸਿਆਣ ਦੀ, ਸਮਝ ਗਈ ਨਾ ਗੱਲ, ਆਹੀ ਹੁਣ ਹੋ ਗਿਆ ਸੀ ਕੰਮ। ਹਾਂਜੀ ਸਹੀ ਗੱਲ ਆ, ਤਾਂ ਹੀ ਉਦੋਂ ਮੈਨੂੰ ਲੱਗੇ ਦੋ ਤਿੰਨ ਵਾਰੀ ਮੈਂ ਇਹ ਚੀਜ਼ ਨੋਟਿਸ ਕੀਤੀ ਸੀਗੀ ਵੀ ਉਹਨਾਂ ਦਾ ਬਿਹੇਵ ਥੋੜਾ ਚੇਂਜ ਸੀ, ਮੈਂ ਸੋਚਿਆ ਪਤਾ ਨਹੀਂ ਕੀ, ਪਤਾ ਮੈਨੂੰ ਹੀ ਇਦਾਂ ਲੱਗਦਾ ਹੋਵੇ, ਸੱਚ ਇਹ ਮੈਟਰ ਸੀਗਾ ਅੰਦਰੋਂ। ਬਸ ਉਹ ਮੈਟਰ ਖਤਮ ਹੋ ਗਿਆ, ਤੇਰੀ ਦਾਦੀ ਨੂੰ ਸਾਰਾ ਸਮਝਾਤਾ, ਉਹ ਹੁਣ ਗਲਤੀ ਮੰਨਦੀ, ਕਹਿੰਦੇ ਮੈਂ ਤਾਂ ਬਹੁਤ ਵੱਡੀ ਗਲਤੀ ਹੋਈ ਜਿਹੜੀ ਮੈਂ ਮਗਰ ਲੱਗ ਗਈ, ਸਾਰੀਆਂ ਗੱਲਾਂ ਉਹਨੇ ਜਾਣ ਬੁੱਝ ਕੇ ਬਣਾਈਆਂ ਸੀ ਵੀ ਕੰਮੋਂ ਪਿੱਛੇ ਤੋਂ ਆਈ ਸੱਸ ਨੂੰ ਮਾਰ ਕੇ ਆਈ ਆ, ਹੁਣ ਤੈਨੂੰ ਵੀ ਮਾਰੂਗੀ,
ਤੇ ਨਾਲੇ ਮੇਰੇ ਬਾਰੇ ਕਹਿੰਦੇ ਸੀ ਇਹਨੂੰ ਮਾਰ ਕੇ ਜਾਊਗੀ ਵੀ ਸਾਰਿਆਂ ਨੂੰ ਮਾਰ ਕੇ ਆਪ ਮਲਕਣ ਬਣ ਜੂ, ਜਾਣ ਬੁੱਝ ਕੇ ਸਿਆਸਤ ਸੀ ਵੀ ਆਪ ਇੱਕ ਦੂਜੇ ਨੂੰ ਲੜੀ ਜਾਣਗੀਆਂ, ਜਿਹੜਾ ਮੇਰਾ ਧਿਆਨ ਆ ਘਰੇ ਹੋ ਜੂਗਾ ਤੇ ਬਾਹਰ ਨਾ ਜਾਊਗਾ, ਬਾਹਰਲਿਆਂ ਨੂੰ ਸੌਖਾ ਹੋ ਜੂਗਾ, ਆਹ ਗੱਲ ਸੀ ਸਾਰਾ। ਡੈਡੀ ਜੀ ਪਰ ਇਹ ਭੇਜੀ ਕਿਹਨੇ ਸੀ? ਉਹਨਾਂ ਨੇ ਬਸ, ਹੋਰ ਕਿਹੜੇ ਜਿਹੜਾ ਆਪਣੇ ਪਿੱਛੇ ਪਏ ਹੋਏ ਉਹੀ ਆ ਬਿੱਲੂ ਬੱਕਰਾ ਤੇ ਰਵੀ। ਡੈਡੀ ਜੀ ਇਹ ਕਦੋਂ ਤੱਕ ਆਪਣਾ ਪਿੱਛਾ ਛੱਡਣਗੇ? ਬਸ ਆਪਾਂ ਨੂੰ ਕੀ ਡਰ, ਉਹ ਪਰਮਾਤਮਾ ਆਪਣੇ ਨਾਲ ਹੈਗਾ ਨਾ, ਜਿਹਦੇ ਨਾਲ ਕਹਿੰਦੇ ਨੇ ਵਾਹਿਗੁਰੂ ਆ, ਬਸ ਡਰਨੇ ਦੀ ਲੋੜ ਨਹੀਂ। ਸਹੀ ਗੱਲ ਆ ਡੈਡੀ ਜੀ, ਹੋਣਾ ਹੁੰਦਾ ਬਹੁਤ ਕੁਝ ਹੋ ਜਾਂਦਾ, ਆਪਣੇ ਘਰੇ ਰਹੀ ਆ ਉਹ, ਆਪਾਂ ਨੂੰ ਕਿਹੜਾ ਕੁਝ ਪਤਾ ਲੱਗਦਾ ਸੀਗਾ, ਚਾਹੇ ਸਬਜ਼ੀ 'ਚ ਕੁਝ ਪਾ ਸਕਦੀ ਸੀ, ਮੈਂ ਉਹਦੇ ਕੋਲ ਬੈਠੀ ਰਹਿੰਦੀ ਸੀ। ਕੁਛ ਵੀ ਕਰ ਸਕਦੀ ਸੀ, ਨਹੀਂ ਹੋਇਆ ਨਾ, ਕਿਉਂ ਨਹੀਂ ਹੋਇਆ, ਕਿਉਂਕਿ ਜਿੰਨਾ ਚਿਰ ਉਹਦੀ ਨਿਗਾਹ ਸਿੱਧੀ ਆ ਵਾਹਿਗੁਰੂ ਦੀ, ਉਹਨਾਂ ਚਿਰ ਬੰਦੇ ਨੂੰ ਕੁਛ ਨਹੀਂ ਹੁੰਦਾ। ਜਿੱਦੇ ਉਹਨੇ ਕਹਿਤਾ, ਜਿੱਦੇ ਨੇ ਪਰਚੀ ਕੱਢਤੀ ਨਾ, ਉੱਤੇ ਭਾਵੇਂ ਮੇਰੇ ਕੋਲ ਸਕਿਉਰਿਟੀ ਖੜੀ ਹੈ, ਭਾਵੇਂ ਕੋਈ ਮਰਜ਼ੀ ਖੜਾ, ਉੱਤੇ ਫਿਰ ਤੁਹਾਨੂੰ ਪਤਾ ਹੀ ਹੈ, ਆਰਾਮ ਆਰਾਮ ਸੱਤ ਹੋ ਹੀ ਜਾਣਾ ਗਾ ਬਸ। ਹੇ ਪਰਮਾਤਮਾ, ਮੈਂ ਤਾਂ ਤੇਰੇ ਅੱਗੇ ਇਹੀ ਅਰਦਾਸ ਕਰੂੰਗੀ, ਮੈਨੂੰ ਕੁਛ ਹੋਵੇ ਚਾਹੇ ਨਾ ਹੋਵੇ, ਬਸ ਮੇਰੇ ਡੈਡੀ ਨੂੰ ਨਾ ਸਹੀ ਰੱਖੀ ਤੇ ਮੇਰੇ ਡੈਡੀ ਤੇ ਆਪਣਾ ਹੱਥ ਰੱਖੀ। ਮੈਂ ਵੀ ਇਹੀ ਗੱਲ ਕਹਿਣਾ, ਮੈਨੂੰ ਜਿਹੜਾ ਕੁਛ ਹੋਣਾ ਹੋ ਜੇ, ਪਰ ਮੇਰੀ ਧੀ ਨੂੰ ਨਾ ਕੁਛ ਹੋਵੇ ਬਸ, ਸੱਚੇ ਪਾਤਸ਼ਾਹ ਮੇਹਰ ਰੱਖੀ ਮੇਰੀ ਧੀ ਤੇ। ਡੈਡੀ ਜੀ ਇੱਦਾਂ ਕਾਹਤੋਂ ਕਹਿੰਦੇ ਹੋ, ਤੁਹਾਡੀ ਤਾਂ ਸਾਰਿਆਂ ਨੂੰ ਲੋੜ ਹੈ, ਤੁਸੀਂ ਤਾਂ ਘਰ ਦੇ ਮੋਢੀ ਹੋ, ਇੱਕ ਤਰ੍ਹਾਂ ਦੀ ਕੰਧ ਹੋ, ਜੇ ਕੰਧ ਹੀ ਡਿੱਗ ਗਈ ਸਾਰਾ ਘਰ ਤਾਂ ਆਪਣੇ ਆਪ ਡਿੱਗ ਜੂਗਾ, ਜੇ ਮੈਨੂੰ ਕੁਛ ਹੋ ਗਿਆ ਫਿਰ ਕਿਹੜਾ ਕਿਸੇ ਨੂੰ ਕੁਛ ਘਾਟਾ ਪੈਣਾ? ਹਾਂ ਇਹ ਜ਼ਰੂਰ ਹੈ, ਚਲੋ ਥੋੜਾ ਬਹੁਤ ਹੋਊਗਾ, ਪਰ ਫਿਰ ਘਾਟਾ ਪੈਣਾ? ਮਾਂ ਜੀ ਨੇ ਪਾਲ ਪਲੋਸ ਛੱਡ ਗਈ ਤੇ ਸੋਚਦੇ ਮੈਨੂੰ ਇਹ ਘਾਟਾ ਨਹੀਂ ਪੈਣਾ ਹੈ। ਡੈਡੀ ਜੀ ਮੈਂ ਤਾਂ ਚਲੋ ਇੱਕ ਹਾਂ, ਤੁਸੀਂ ਬਹੁਤ ਜਣਿਆਂ ਦੀ ਸੇਵਾ ਕਰਦੇ ਹੋ, ਤੁਹਾਨੂੰ ਪਤਾ ਤੁਹਾਡੇ ਤੇ ਕਿੰਨੇ ਲੋਕ ਉਮੀਦਾਂ ਲਾਈ ਬੈਠੇ। ਜੇ ਮੇਰੇ ਤੇ ਰਾਈ ਤੇ ਕੱਲ ਨੂੰ ਜੇ ਮੇਰੇ ਕੋਲ ਇਹ ਸਾਰਾ ਕੰਮ ਤੂੰ ਸੰਭਾਲ ਲੈਣਾ ਮੇਰੀ ਧੀ, ਇਹ ਉਵੇਂ ਚਲਾਉਣਾ ਗਾ, ਇਹ ਆਪਾਂ ਕੰਮ ਆਈ ਚਲਾ ਕੇ ਰੱਖਣਾ ਗਾ, ਇਹਦਾ ਮਤਲਬ ਇਹ ਨਹੀਂ ਜਿੰਨਾ ਚਿਰ ਕਮਾਏ ਆ ਉਨਾ ਚਿਰ ਕੀ ਕੰਮ ਚੱਲੂ, ਬਾਅਦ 'ਚ ਬੰਦ ਹੋ ਜੂਗਾ। ਬਾਅਦ 'ਚ ਧੀ ਪੁੱਤ ਕਾਹਦੇ ਵਾਸਤੇ ਹੁੰਦੇ ਆ? ਇਸੇ ਕੰਮ ਵਾਸਤੇ ਹੁੰਦੇ ਵੀ ਪਹਿਲਾਂ ਮੇਰਾ ਪਿਓ ਕਰਦਾ ਸੀ, ਉਸੇ ਕੰਮ ਨੂੰ ਤੁਸੀਂ ਫੜਨਾ ਗਾ, ਆਪਾਂ ਕਿਸੇ ਨਾਲ ਚੋਰੀ ਠੱਗਣੀ ਮਾਰਨੀ, ਇਮਾਨਦਾਰੀ ਦਾ ਕੰਮ ਕਰਨਾ, ਜਿਹਦਾ ਕੋਈ ਗਰੀਬ ਭੈਣ ਭਾਈ ਆਪਾਂ ਉਹਨਾਂ ਦੀ ਮਦਦ ਕਰਨੀ ਆ, ਚੰਗੇ ਰਾਹ ਚਲਾਉਣੇ ਤੇ ਚੰਗੇ ਰਾਹ ਚੰਗੇ ਕੰਮ ਕਰਨੇ ਆ, ਮਾੜਾ ਕੰਮ ਨਾ ਕੋਈ ਕੀਤਾ ਜੇ ਤੱਕ ਨਾ ਹੀ ਆਪਾਂ ਕਰਨਾ, ਕਿਸੇ ਨੂੰ ਕੋਈ ਕੁਛ ਮਰਜ਼ੀ ਕਹੀ ਜਾਵੇ। ਠੀਕ ਹੈ ਡੈਡੀ, ਬਸ ਤੁਸੀਂ ਵੀ ਇਹੀ ਕੰਮ ਕਰਨੇ ਬਸ, ਜਿੰਨਾ ਚਿਰ ਮੇਰੀ ਪਰਮਾਤਮਾ ਨੇ ਲਿਖੀ ਉਹਨਾਂ ਚਿਰ ਮੈਂ ਕਰ ਜੂੰਗਾ, ਬਾਅਦ 'ਚ ਇਹ ਕੰਮ ਆ ਤਾਂ ਤੈਨੂੰ ਇਸ ਕੰਮ 'ਚ ਪਾਇਆ, ਸਾਰਾ ਉਹਨੂੰ ਭੇਤ ਆ ਜੂਗਾ, ਮੈਂ ਕੀ ਕਰਨਾ ਗਾ, ਬਸ ਸਾਰਾ ਆਪ ਹੀ ਕਰ ਲਿਆ ਕਰੂ, ਇੰਨੇ ਹੁਣ ਤੇਰਾ ਭਰਾ ਆ ਜੂਗਾ, ਨਾਲੇ ਉਹ ਤੇ ਨਾਲੇ ਤੂੰ, ਬਸ ਉਹ ਇੱਥੋਂ ਦਾ ਸਮਾਨ ਲੈ ਕਰੂਗਾ, ਤੂੰ ਬਾਹਰ ਦਾ ਸਮਾਨ ਲੈ ਕੇ ਰਾਮ ਮਿਲ ਕੇ ਕੰਮ ਕਰ, ਚਲੋ ਕੀ ਲੈਣਾ ਤੁਸੀਂ ਬਾਹਰ ਨਹੀਂ ਜੋਪਾਂ ਕਰਕੇ, ਬਸ ਸਾਰਾ ਕੁਛ ਹੈਗਾ ਪਰਮਾਤਮਾ ਦਾ। ਚਲੋ ਡੈਡੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ, ਤੁਸੀਂ ਉੱਥੇ ਆਏ ਸੀਗੇ ਦਫ਼ਤਰ? ਹਾਂ ਕਿਵੇਂ ਸੀ, ਆਏ ਸੀਗੇ ਉੱਥੇ ਤੁਸੀਂ? ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਤੁਸੀਂ ਆਏ ਹੋਏ ਹੋ, ਫਿਰ ਮੇਰੇ ਤੋਂ ਪਤਾ ਨਹੀਂ ਗੇੜਾ, ਮੈਨੂੰ ਨੀਚੇ ਬੁਲਾ ਰਹੇ ਸੀ ਪਰ ਮੈਂ ਗਈ ਨਹੀਂ, ਮੈਨੂੰ ਟਾਈਮ ਜਿਹਾ ਨਹੀਂ ਲੱਗਿਆ, ਮੈਂ ਕੋਈ ਕੰਮ ਕਰ ਰਹੀ ਸੀ। ਆਏ ਸੀ ਕਿ ਨਹੀਂ ਆਏ ਜੀ? ਅੱਛਾ ਚਲੋ ਠੀਕ ਆ, ਮੈਂ ਸੋਚਿਆ ਕਿਤੇ ਉਦਾਂ ਹੀ ਫੇਰ ਕੋਈ ਆ ਗਏ ਹੋਣਗੇ, ਮੈਂ ਡਰਦੀ ਮਾਰੀ ਨਹੀਂ ਆਈ ਹੈਗੀ। ਚਲੋ ਕੋਈ ਗੱਲ ਨਹੀਂ, ਚਲੋ ਇੱਕ ਸੋਲਿਊਸ਼ਨ ਤਾਂ ਆਪਣੀ ਹੋ ਗਈ ਸਹੀ, ਹੈ ਨਾ, ਇੱਕ ਸੋਲਿਊਸ਼ਨ ਦਾ ਨਿਕਲ ਗਿਆ, ਹੁਣ ਆਪਾਂ ਇੱਦਾਂ ਕਰਦੇ ਹਾਂ। ਮੇਰੀ ਗੱਲ ਸੁਣ, ਤੇਰੀ ਗੱਲ ਵਿਚਾਲਿਆ, ਜਦੋਂ ਕੋਈ ਮਾੜਾ ਟਾਈਮ ਤੇ ਮਾੜਾ ਵਕਤ ਆਉਂਦਾ ਨਾ, ਅਗਲਾ ਆਪਦੀ ਜੋਰ ਲਾਉਂਦਾ ਹੁੰਦਾ ਗਾ, ਉਹ 2 ਦਿਨ 'ਚ 4 ਦਿਨ ਹੀ ਰਹਿੰਦਾ, ਕਲੇਸ਼ ਬਾਹਲਾ ਟਾਈਮ ਨਹੀਂ ਰਹਿੰਦਾ ਹੁੰਦਾ। ਚੱਲ ਮੇਰੀ ਤੈਨੂੰ ਪਤਾ ਹੀ ਹੈ ਮਾਂ ਦਾ, ਉਹ ਭੜਕ ਜਾਂਦੀ ਹੈ ਜਦੋਂ ਉਹਨੂੰ ਐਂ ਗੱਲਾਂ ਦੱਸਦੀਆਂ ਵੀ ਇਹ ਐਂ ਕਰੂਗੀ, ਇਹ ਉਹਨੂੰ ਮਾਰੂ, ਉਹਨੂੰ ਐਂ ਡਰ ਬਹਿ ਗਿਆ ਵੀ ਇਹ ਇਹਨੂੰ ਮਾਰ ਕੇ ਜਾਓ, ਪਹਿਲਾਂ ਵੀ ਇੰਨਾ ਕੁਛ ਪਹਿਲਾਂ ਹੋਵੇ ਦੁਬਾਰੇ ਨਾ ਹੋਵੇ, ਤਾਂ ਕਰਕੇ ਭੜਕ ਕੇ ਉਹ ਕੰਮੋਂ ਨੂੰ ਕਹਿਣ ਲੱਗ ਗਈ। ਬਸ ਉਹ ਆਪਦੀ ਜਗ੍ਹਾ 'ਤੇ ਸਹੀ ਹੈ, ਕੰਮੋਂ ਆਪਦੀ ਜਗ੍ਹਾ 'ਤੇ ਸਹੀ ਹੈ, ਕੰਮੋਂ ਹੁਣ ਸਹੀ ਸੀਗੀ ਅਤੇ, ਪਰ ਜਦੋਂ ਗੱਲਾਂ ਦਿਮਾਗ 'ਚ ਬਹਿ ਜਾਂਦੀਆਂ ਨਾ, ਬਾਹਲੇ ਸਵਾਲ ਬਣ ਜਾਂਦੇ ਆ, ਜਦੋਂ ਬਾਹਲੇ ਸਮਾਨ ਬਣ ਜਾਂਦੇ, ਬੰਦਾ ਕਿਸੇ ਜੋਗਰ ਨਹੀਂ ਰਹਿੰਦਾ, ਕਦੇ ਕੁਛ ਸੋਚਦਾ ਕਦੇ ਕੁਛ ਸੋਚਦਾ, ਗੱਲ ਬੰਦੇ ਸਮਝ ਨਹੀਂ ਆਉਂਦੀ, ਬਸ ਅਸੀਂ ਤਾਂ ਨਹੀਂ ਮਾਰਦੇ ਸੰਭਾਲਾ, ਬਸ ਉਹ ਫਲ ਗਈ ਸੀਗੀ। ਪਰ ਡੈਡੀ ਜੀ ਦਾਦੀ ਨੇ ਜਿਹੜੀਆਂ ਗੱਲਾਂ ਕਹੀਆਂ ਵਾਪਸ ਵੀ ਨਹੀਂ ਨਾ ਆ ਸਕਦੀਆਂ,
ਹੁਣ ਮਾਮੀ ਨੂੰ ਕਿੰਨਾ ਬੁਰਾ ਭਲਾ ਬੋਲਿਆ। ਹੁਣ ਮਾਮੀ ਨੂੰ ਜੇ ਆਪਾਂ ਲੈ ਆਈਏ ਤਾਂ ਹਾਂ ਆਪਾਂ ਮਾਮੀ ਕੋਲ ਚੱਲ ਕੇ ਆਵਾਂਗੇ। ਹੁਣ ਦੱਸਾਂਗਾ ਵੀ ਆਹ ਗੱਲ ਸੀ, ਗੁੱਸਾ ਨਾ ਕਰੀ। ਉਹ ਸਮਝਦਾਰ ਆ, ਮਾਮਾ ਦਾ ਪਤਾ ਹੀ ਹੈ, ਮਾਮਾ ਤਾਂ ਬੋਲਦੇ ਨਹੀਂ। ਮਾਮੀ ਦੇ ਹੀ ਆ, ਮਾਮੀ ਨੂੰ ਮੈਂ ਕਹਿ ਦੂੰ, ਮਾਮੀ ਸਮਝਦਾਰ ਆ, ਹੁਣ ਸਾਰੀ ਗੱਲ ਦੱਸ ਦਿਆਂਗੇ ਵੀ ਆਹ ਗੱਲ ਸੀ ਤਾਂ ਕਰਕੇ ਆਹ ਕੁਛ ਹੋਇਆ। ਉਹ ਕੋਈ ਗੱਲ ਨਹੀਂ, ਜਾਣਾ ਕੀ ਆ, ਮੈਂ ਕਹਿੰਦਾ ਤੈਨੂੰ ਆਪਾਂ ਅੱਜ ਹੀ ਚੱਲਦੇ। ਹਾਂਜੀ ਚੱਲੋ, ਮੈਂ ਤਾਂ ਕਹਿ ਰਹੀ ਹਾਂ ਕਿਉਂਕਿ ਦੇਖੋ ਉਹਨਾਂ ਨੂੰ ਵਿਚਾਰਿਆਂ ਨੂੰ ਕੋਈ ਗੱਲ ਦਾ ਵੀ ਨਹੀਂ ਪਤਾ। ਉਹਨਾਂ ਦੀ ਡਿਲੀਵਰੀ ਹੋਈ ਸੀ ਹਲੇ ਹੁਣ, ਹੈ ਬੱਚਾ ਸੀਗਾ, ਦਾਦੀ ਨੇ ਕਿੰਨਾ ਕੁਛ ਪਤਾ, ਬੋਲ ਵਾਪਸ ਨਹੀਂ ਜਾਂਦੇ ਹੁੰਦੇ ਹੈਗੇ, ਤੁਹਾਨੂੰ ਵੀ ਪਤਾ, ਚਾਹੇ ਜੋ ਕੁਛ ਮਰਜ਼ੀ ਸੀ। ਉਹ ਤਾਂ ਤੇਰੀ ਸੋਚ ਆ ਨਾ ਜਿਹੜੀ, ਬਹੁਤ ਚੰਗੀ ਸੋਚ ਆ। ਮੈਂ ਕਹਿੰਦਾ ਹਰ ਇੱਕ ਧੀ ਦੀ ਇਹੀ ਸੋਚ ਹੋਵੇ ਨਾ, ਬਸ ਆਪਣਾ ਜਿਹੜਾ ਪੰਜਾਬ ਨਾ ਸਹੀ ਗੱਲ ਪਹਿਲੇ ਨੰਬਰ 'ਤੇ ਆ ਜੀ। ਚਲੋ ਡੈਡੀ ਜੀ, ਤੁਸੀਂ ਰੋਟੀ ਪਾਣੀ ਖਾ ਲਿਆ? ਹਾਂ ਧੀਏ ਮੈਂ ਖਾ ਲਿਆ ਸੀ, ਤੂੰ ਆਗਾ ਖਾ ਲਿਆ? ਹਾਂਜੀ ਮੈਂ ਵੀ ਖਾ ਲਿਆ ਸਾਰਾ ਕੁਝ। ਮੰਮੀ ਤੈਨੂੰ ਮਿਲ ਪਈ ਕਿ ਮਿਲੀ ਨਹੀਂ ਤੱਕ? ਨਹੀਂ ਮਿਲੀ ਨਾ, ਮੰਮੀ ਨਹੀਂ ਮਿਲੀ ਮੈਨੂੰ ਤਾਂ ਐਸੀ, ਪਤਾ ਨਹੀਂ ਉਧਰ ਵਾਲੀ ਗੱਲ ਪਿੱਛੇ ਮਤਲਬ ਇੱਕ ਦੂਜੇ ਕੋ ਮਨ ਮੁਟਾਵ ਨਾ ਹੋਇਆ। ਨਾ ਨਾ ਕੋਈ ਗੱਲ ਨਹੀਂ, ਸਾਡੇ ਚ ਕੋਈ ਫਿਰ ਮੈਂ ਤਾਂ ਹੀ ਤਾਂ ਡੈਡੀ ਪਹਿਲਾਂ ਤੁਹਾਡੇ ਕੋ ਆਈ ਨਾ, ਮੈਂ ਇੱਕ ਵਾਰੀ ਤੁਹਾਡਾ ਗੱਲ ਕਰ ਲਵਾਂ ਵੀ ਕੱਲ ਗੱਲ ਸਾਰੀ ਸ਼ਾਰਟ ਆਊਟ ਹੋ ਗਈ ਕਿ ਨਹੀਂ ਹੋਈ? ਨਹੀਂ ਨਹੀਂ ਹੋ ਗਈ, ਸਭ ਓਕੇ ਆ, ਬੇ ਪਰਵਾਹ ਹੋ ਗਏ, ਤੂੰ ਆਪਣੀ ਮਾਂ ਕੋਲੇ ਜਾ, ਇਹੋ ਜਿਹੀ ਕੋਈ ਗੱਲ ਨਹੀਂ। ਚਲੋ ਕੋਈ ਗੱਲ ਨਹੀਂ, ਫਿਰ ਮੈਂ ਮੰਮੀ ਨੂੰ ਤਾਂ ਫੇਰ ਹੀ ਮਿਲ ਲੂੰਗੀ, ਪਹਿਲਾਂ ਆਪਾਂ ਮਾਮੀ ਕੋ ਜਾਇਆ ਹੁੰਦੇ। ਬਾਕੀ ਤੁਸੀਂ ਦੱਸ ਦਿਓ ਕਿਵੇਂ ਕਰਨਾ। ਪੁੱਛ ਲੈਣੇ, ਜੇ ਉਹਨੇ ਨਾਲ ਜਾਣਾ ਹੋਇਆ ਤਾਂ ਫਿਰ ਨਾਲ ਲੈ ਜਾਗੇ ਨਾ ਉਹਨੂੰ ਵੀ, ਇਹਦਾ ਪੁੱਛ ਲਾ ਉਹਨੂੰ। ਹਾਂਜੀ ਚਲੋ ਠੀਕ ਹੈ, ਮਿਲ ਲਾ ਨਾਲ ਉਹਨੂੰ ਪੁੱਛ ਲਾ, ਠੀਕ ਹੈ? ਹਾਂ ਆ ਜਾ। ਮਨੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕਿਵੇਂ ਆ? ਵਧੀਆ ਠੀਕ ਠਾਕ, ਤੁਸੀਂ ਦੱਸੋ? ਠੀਕ ਆ, ਤੇ ਤੂੰ ਉਧਰ ਬੈਠੀ ਸੀ, ਇਹ ਗੱਲਾਂ ਕਰੀ ਜਾਂਦੇ? ਮੈਂ ਕਿਹਾ ਚੱਲ ਗੱਲਾਂ ਕਰੀ ਜਾਂਦੇ ਬੈਠੇ ਰਹਿਣ, ਤੁਸੀਂ ਆ ਜਾਂਦੇ ਫਿਰ ਕੀ? ਨਹੀਂ ਫਿਰ ਮੈਂ ਕਿਹਾ ਚੱਲ ਕੋਈ ਪੜਦੇ ਦੀ ਗੱਲ ਹੁੰਦੀ ਆ, ਤੁਹਾਡੇ ਤੋਂ ਕਾਹਦਾ ਪੜਦਾ ਹੋਰ ਹੀ। ਦੇਖ ਲਾ ਦੇਖ ਲਾ ਦੇਖ ਲਾ ਦੇਖ ਲਾ ਮੰਮੀ, ਬਸ ਮੈਂ ਤਾਂ ਏਦਾਂ ਹੀ, ਮੈਨੂੰ ਐ ਸੀਗੀ ਥੋੜੀ ਪਤਾ ਨਹੀਂ ਜਿਹੜੀ ਬਹਿਸ ਸੀ ਉਦੋਂ ਹੋ ਰਹੀ ਸੀ, ਪਤਾ ਨਹੀਂ ਸ਼ਾਰਟ ਆਊਟ ਹੋ ਰਹੀ ਹੋਊਗੀ ਕਿ ਨਹੀਂ, ਮੈਂ ਤਾਂ ਕਰਕੇ ਡੈਡੀ ਨੂੰ ਇੱਕ ਵਾਰੀ ਮੈਂ ਕਿਹਾ ਪੁੱਛ ਲਾ ਮੈਂ ਜਾ ਕੇ ਵੀ ਗੱਲ ਕਲੀਅਰ ਹੋਈ ਥੋੜੀ ਕਿ ਨਹੀਂ। ਇੱਧਰ ਤਾਂ ਸਾਰਾ ਕੁਛ ਠੀਕ ਆ, ਇੱਧਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਮੰਮੀ ਦੀ ਪੈਨਸ਼ਨ ਆ ਬਸ। ਮੈਂ ਵੀ ਉਹੀ ਕਹਿ ਰਹੀ ਸੀ ਡੈਡੀ ਨੂੰ, ਹੁਣ ਮੈਂ ਲੈ ਕੇ ਆਈ ਹਾਂ ਵੀ ਜੇ ਆਪਾਂ ਮੰਮੀ ਕੋਲ ਜਾਏ ਆਉਂਦੇ, ਮੰਮੀ ਨੂੰ ਲੈ ਆਉਂਦੇ ਬਣਾ। ਮੰਮੀ ਨੂੰ ਪੁੱਛਣਾ ਪਊਗਾ, ਮੰਮੀ ਮੰਨੇ ਜੀ। ਮੰਮੀ ਨੂੰ ਕੀ ਪੁੱਛਣਾ ਹੁਣ, ਡੈਡੀ ਦੇਖ ਲਓ ਹੁਣ ਇੱਕ ਤਾਂ ਘਰ 'ਚ ਵਕੀਲ ਜੱਜ ਤੋਂ ਵੀ ਉੱਤੇ ਦੇ ਬੈਠੇ ਨੇਗੇ, ਹੁਣ ਕਿਹਨੂੰ ਕਿਹਨੂੰ ਪੁੱਛੀਏ? ਨਾ ਬੱਤਾ, ਜੇ ਜਾਣੇ ਜਾਣਾ ਜਾਇਆ ਉਹਨੇ, ਆਪਾਂ ਕਿੱਡਾ ਕੰਮ। ਦਾਦੀ ਨੂੰ ਤਾਂ ਨਾਲੇ ਮੰਮੀ ਹੋਊਗੀ, ਆਪਣੀ ਗਲਤੀ ਦਾ ਹੁਣ ਅਹਿਸਾਸ ਹੋ ਗਿਆ, ਦਾਦੀ ਥੋੜੀ ਮਨਾ ਕਰੂਗੀ। ਨਹੀਂ ਨਹੀਂ ਉਹ ਨਹੀਂ ਮਨਾ ਕਰਦੀ ਹੁਣ। ਚਲੋ ਚੱਲੀਏ ਡੈਡੀ, ਆਪਾਂ ਮਨਾ ਤਾਂ ਉਹ ਕੋਈ ਨਾ, ਤੂੰ ਕੀ ਕਰਾਉਣਾ ਗਾ, ਆਪਾਂ ਹੀ ਜਾ ਆਵਾਂਗੇ। ਡੈਡੀ ਕਹਿ ਰਹੇ ਸੀ ਮੈਂ ਨਾਲ ਜਾ। ਨਾਲੇ ਫਿਰ ਮੇਰੀ ਗੱਲ ਸੁਣ, ਫਿਰ ਕਿਹੜੇ ਇਹਨਾਂ ਨੇ ਖੜਨਾ ਗਾ, ਜੇ ਕੋਈ ਫੋਨ ਫਾਨ ਆ ਗਿਆ ਇਹ ਨਹੀਂ ਪਤਾ ਉੱਥੇ ਛੱਡ ਕੇ ਭੱਜਿਆ ਹੁਣ ਆਪਾਂ। ਠੀਕ ਠਾਕ ਵਧੀਆ ਨਾਲ ਮੈਂ ਕੁੜੀ ਕਹਿੰਦੀ ਕੁੜੀ ਖੇਡੀ ਜਾਂਦੀ ਹੈਗੀ ਆ, ਤਾਂ ਵਧੀਆ ਗੱਲ ਕੀਤੀ, ਫੀਲ ਤਾਂ ਨਹੀਂ ਹੋਣ ਦਿੱਤਾ ਗਾ ਵੀ ਕੋਈ ਏਦਾਂ ਦੀ ਪ੍ਰੋਬਲਮ ਆਗੀ। ਫਿਰ ਵੀ ਬੁਰੀਆਂ ਤਾਂ ਗੱਲਾਂ ਲਾ ਰਹੀ ਨਹੀਂ, ਆਪਾਂ ਨੂੰ ਕੀ ਪਤਾ ਉਹਨੇ ਘਰੇ ਕੋਈ ਗੱਲ ਨਾ ਹੀ ਕਰੀ ਹੋਵੇ। ਮਾਮੀ ਇੰਨੀ ਕੰਮ ਨਹੀਂ, ਮਾਮੀ ਵੀ ਸਮਝਦਾਰ ਆ, ਮਾਮੀ ਆਪਦੇ ਕੋਲ ਰੱਖਦੀ ਹੋਊਗਾ। ਉਹ ਤਾਂ ਡੈਡੀ ਜੀ ਮੈਨੂੰ ਪਤਾ ਵੀ ਨਹੀਂ ਘਰੇ ਗੱਲ ਕਰੀ, ਤੇ ਮੈਂ ਕਹਿੰਦੀ ਆ ਵੀ ਉਹਨਾਂ ਦੇ ਮਨ 'ਚ ਤਾਂ ਗੱਲ ਹੋਊਗੀ, ਬੁਰੀਆਂ ਤਾਂ ਲੱਗਦੀਆਂ ਨੇ ਨਾ। ਚੱਲ ਜੇ ਤੁਸੀਂ ਬਾਕੀ ਉਹ ਗੱਲ ਕਲੀਅਰ ਹੋ ਜਾਓ ਨਾ ਵੀ ਐਂ ਕਰਕੇ ਆਹ ਗੱਲ ਸੀ ਸਾਰੀ, ਆਪੇ ਦੱਸ ਦਿਓ ਵੀ ਉਹ। ਚਲੋ ਚੱਲ ਕੋਈ ਨਾ, ਅਸੀਂ ਥੋੜ੍ਹਾ ਟਾਈਮ ਆਪਾਂ ਘਰ ਦਾ ਕੰਮ ਜਿਹਾ ਨਿਬੇੜ ਦੀਏ, ਤੂੰ ਰੈਸਟ ਕਰ ਲਾ, ਫਿਰ ਆਪਾਂ ਚੱਲਦੇ ਹਾਂ, ਠੀਕ ਹੈ? ਠੀਕ ਹੈ ਚਲੋ ਠੀਕ ਹੈ ਡੈਡੀ, ਫਿਰ ਤੁਸੀਂ ਦੇਖ ਲਓ, ਥੋੜਾ ਫੋਨ ਆ ਗਿਆ। ਚੱਲ ਆਪਾਂ ਤਾਂ ਚੱਲੀਏ ਫਿਰ, ਮੈਂ ਵੀ ਕੰਮ ਜਿਹਾ ਕਰ ਲਿਆ। ਹੈਲੋ
ਹਾਂ ਆ ਜਾਓ ਮੈਂ ਘਰ ਹੀ ਹਾਂ ਬਸ ਹੁਣ ਤਾਂ ਬਾਹਰ ਜਾਂਦਾ ਸੀ ਫਿਰ ਰਾਜ ਜੀ ਹਟਾਤੀ ਆ ਜਾਓ ਘਰ ਹੀ ਹਾਂ ਠੀਕ ਹੈ ਜੀ ਮਾਮੀ ਜੀ ਇਹ ਚ ਪਾ ਦੋ ਨਾ ਇਹਨੂੰ ਲੈ ਕੇ ਤਾਂ ਆਇਆ ਸੀ ਇਹਦੇ ਕਰਕੇ ਇਹ ਤਾਂ ਪੁੱਤ ਇੱਥੇ ਮੰਜੇ ਤੇ ਨਹੀਂ ਪੈਂਦੀ ਹੈਗੀ ਇਹ ਚ ਕਿੱਥੇ ਪਊਗੀ ਮੈਨੂੰ ਦੇਖੀ ਨੌ ਮਾਰ ਰੱਖਿਆ ਇਹਨੇ ਦੇਖੀ ਸਭ ਸਾਈਡ ਤੇ ਕਰ ਦਿੰਦੀ ਇਹਨੂੰ ਫਿਰ ਹਲੇ ਬਰਕਤ ਓਏ ਅਟਕੜ ਲਿਆ ਹੁਣ ਮੈਨੂੰ ਵੀ ਫੜਾ ਦੋ ਬਰਕਤ ਹੱਸੀ ਜਾਂਦੀ ਆ ਥੋੜੇ ਦਿਨਾਂ ਦੀ ਹੋਰ ਹੋ ਜਾਂਦੇ ਫਿਰ ਇਹਨੂੰ ਉਹਦੇ ਚ ਹੀ ਪਾਇਆ ਕਰੂੰਗੀ ਚੁੱਲੇ ਚ ਹਾਂ ਦੇਖਦੀ ਹੈਗੀ ਮੈਨੂੰ ਅਟਕੜੀ ਓਏ ਦੇਖਦੀ ਆ ਰੋਣ ਵੀ ਨਾ ਲੱਗ ਜੇ ਨਹੀਂ ਨਹੀਂ ਰੋਂਦੀ ਜੇ ਰੋਣ ਲੱਗ ਚੁੱਪ ਕਰਾ ਲਈ ਮੰਮੀ ਉਹ ਕਰ ਲਓ ਗੱਲ ਤੁਸੀਂ ਬਸ ਕਰਨਾ ਕੀ ਆ ਜਾ ਕੇ ਬੈਗ ਚ ਕੱਪੜੇ ਪਾ ਲੈ ਚੱਲਦੇ ਆ ਕੀ ਗੱਲ ਕਰਨੀ ਆ ਅਸੀਂ ਤੁਹਾਨੂੰ ਲੈਣ ਆਇਆ ਕਿਉਂ ਹੋਰ ਹੁਣ ਲੈ ਮੈਂ ਇੰਨੇ ਦਿਨ ਲਾਤ ਆਈ ਉੱਥੇ ਤੁਹਾਡੇ ਕੋਲੇ ਉਦੋਂ ਤਾਂ ਤੁਸੀਂ ਨਾਰਾਜ਼ਗੀ ਜੀ ਨਾ ਆ ਗਏ ਨਹੀਂ ਨਹੀਂ ਕੋਈ ਨਾਰਾਜ਼ਗੀ ਨਹੀਂ ਸੀਗੀ ਤੇ ਫਿਰ ਹੁਣ ਸਾਡਾ ਨਹੀਂ ਜੀ ਲੱਗਦਾ ਚੱਲੋ ਤੁਸੀਂ ਘਰੇ ਮੰਮੀ ਇਸੇ ਨੂੰ ਲੈ ਜਾਂਦੇ ਇਸੇ ਨੂੰ ਕਿਉਂ ਲੈ ਜਾਓ ਹੋਰ ਤੁਸੀਂ ਚੱਲੋ ਮੈਂ ਤਾਂ ਮਾਮੇ ਨੂੰ ਵੀ ਨਾਲ ਲੈ ਕੇ ਜਾਊਂਗੀ ਕਿਹਨੂੰ ਮਾਮਾ ਤਾਂ ਮਗਰੋਂ ਵੀ ਆ ਜੂ ਕੋਈ ਨਾ ਨਾ ਜੇ ਤੇਰਾ ਮਾਮਾ ਵੀ ਨਾਲ ਵਗ ਗਿਆ ਡੰਗਰ ਕੌਣ ਸਾਂਭੂਗਾ ਸਾਡੇ ਮਾਮੇ ਦੀ ਕੋਈ ਗਰੰਟੀ ਨੀ ਹੈਗੀ ਨਾ ਮੱਝਾਂ ਦੀ ਗਰੰਟੀ ਹੈ ਆ ਦੇਖ ਮਾਮੇ ਤੋਂ ਇਹ ਚੱਲਦੀ ਆ ਵੀ ਮੇਰਾ ਦਿਮਾਗ ਖਾ ਜਾ ਕਰੂਗਾ ਬੈਠਾ ਰਹਿੰਦਾ ਮਾਮਾ ਦਾ ਮਾਮੇ ਗੱਲ ਸੁਣਿਓ ਉਹ ਮੰਮੀ ਉਹ ਤੁਸੀਂ ਉਹ ਗੱਲ ਕਰ ਲਓ ਨਾ ਜਿਹੜੀ ਡੈਡੀ ਨੇ ਦੱਸਿਆ ਸੀਗਾ ਵੀ ਦਾਦੀ ਕਿਉਂ ਬੋਲਦੀ ਸੀ ਆਪ ਉੱਠਾ ਸਿੱਧਾ ਉਹ ਤਾਂ ਹੁਣ ਕੀ ਹੋ ਰਿਹਾ ਹੈ ਹੋ ਰਿਹਾ ਕਿਉਂ ਮੰਮੀ ਨਹੀਂ ਸੀ ਬੋਲਦੀ ਰਹਿੰਦੀ ਇੱਥੇ ਆ ਕੇ ਬਹਿ ਕੇ ਆਏ ਜੋ ਬੋ ਤੁਹਾਨੂੰ ਉਦੋਂ ਉਹਦਾ ਤਾਂ ਸੁਭਾਅ ਹੀ ਹੈਗਾ ਸੁਭਾਅ ਨਹੀਂ ਉਹ ਜਿਹੜੀ ਸੋਨੀ ਨਹੀਂ ਸੀ ਉਹਨੇ ਉਂਗਲਾਂ ਲਾਈਆਂ ਸੀ ਅੱਛਾ ਅੱਛਾ ਉਹ ਜਿਹੜੀ ਵਰਦੀ ਵਾਲੀ ਬੈਠੀ ਹੁੰਦੀ ਸੀ ਨਾ ਮੈਂ ਹਲੇ ਨਹੀਂ ਫੜਾਉਂਦੀ ਤੁਸੀਂ ਹਲੇ ਗੱਲਾਂ ਕਰਨੀ ਅੱਛਾ ਫਿਰ ਉਹਨੇ ਉਂਗਲਾਂ ਕਾਹਤੋਂ ਲਾਈਆਂ ਭੈਣੇ ਉਹ ਦੋ ਭੈਣਾਂ ਨੇ ਗਈਆਂ ਅੱਛਾ ਹੈਗਾ ਕੋਈ ਚੱਕਰ ਤੇ ਉਹ ਘਰੇ ਸੀਗੀ ਸੋਨੀ ਦਾ ਰੂਪ ਲਈ ਬੈਠੀ ਸੀ ਉਹ ਸੋਨੀ ਬਣ ਕੇ ਬੈਠੀ ਸੀ ਮਤਲਬ ਅੱਛਾ ਕੋਈ ਹੋਰ ਕੋਈ ਸੀ ਉਹ ਮੇਰੇ ਖਿਲਾਫ ਭੜਕਾਈ ਜਾਂਦੀ ਸੀ ਮੈਂ ਵੀ ਕਿਆ ਕਰਾਂ ਮੰਮੀ ਇੰਨੀਆਂ ਗੱਲਾਂ ਕਿਵੇਂ ਕਹਿ ਦਿੰਦੀ ਹੈਗੀ ਹਾਂ ਮੈਨੂੰ ਕਿਆ ਕਰੇ ਤੂੰ ਉਹਦੀ ਸੱਸ ਮਾਰਤੀ ਮੈਂ ਕਿਹਾ ਮੇਰੇ ਤਾਂ ਸੱਸ ਹੀ ਹੈ ਨਹੀਂ ਸੀਗੀ ਤੂੰ ਆ ਕਰਤਾ ਤੂੰ ਕਹਦੇ ਕਰੇ ਮੰਨੂ ਨੂੰ ਨਾ ਬੁਲਾ ਤੂੰ ਆਪਦੀ ਕੁੜੀ ਨੂੰ ਬੁਲਾਇਆ ਕਰ ਹੋਰ ਕੀ ਮੰਮੀ ਸਾਡੇ ਚ ਵੀ ਲੜਾਈ ਕਰਾਤੀ ਸੀ ਉਹਨਾਂ ਨੇ ਅੱਛਾ ਹੋਰ ਕੀ ਨਹੀਂ ਪਰ ਪਤਾ ਨਹੀਂ ਲੱਗਿਆ ਤੁਹਾਨੂੰ ਕੌਣ ਸੀ ਉਹ ਉਹ ਛਮਕ ਛੱਲੋ ਸੀ ਅੱਛਾ ਉਹਦੀ ਹਮਸ਼ਕਲ ਹਮਸ਼ਕਲ ਸੀ ਭੈਣ ਨਹੀਂ ਸੀ ਮੰਮੀ ਛਮਕ ਛੱਲੋ ਸੀ ਉਹਦਾ ਡੈਡੀ ਕਹਿੰਦੇ ਮਾਰਤੀ ਹਨਾ ਉਹ ਤਾਂ ਤੇ ਫਿਰ ਉਹਦਾ ਕੰਮ ਤਾਂ ਉਹਦਾ ਪਤਾ ਲੱਗਿਆ ਸੋਨੀ ਦਾ ਸੋਨੀ ਦਾ ਲੱਗ ਗਿਆ ਪਤਾ ਅੱਛਾ ਹਜੇ ਉਹ ਹਸਪੀਟਲ ਲੱਗ ਗਈ ਅੱਛਾ ਰਾਹ ਚੱਲੀ ਇਹਨਾਂ ਨੇ ਕੁੱਟੀ ਕੱਟੀ ਬਾਲ ਵਿਚਾਰੀ ਉਹ ਤਾਂ ਮਸਾਂ ਤਾਂ ਹਨਾ ਆਪਦੇ ਪੈਰਾਂ ਸਿਰ ਖੜੀ ਹੋਈ ਸੀ ਹੁਣ ਮਾੜਾ ਮੋਟਾ ਤਿੰਨ ਧੀਆਂ ਨੇ ਉਹੀ ਗੱਲ ਉਹੀ ਗੱਲ ਹਨਾ ਪਚਨ ਕਿੰਨੀ ਕੁ ਕੁੱਟੀ ਮਾਰੀ ਹੋਣੀ ਆ ਵਿਚਾਰੀ ਉੱਥੇ ਹਸਪਤਾਲ ਚ ਪਈ ਹੈਗੀ ਨਾ ਕੋਈ ਗੱਲ ਨਹੀਂ ਲੈ ਮੈਨੂੰ ਫੜਾ ਕੋਈ ਨਾ ਔਖੀ ਤੇ ਤੁਹਾਡੇ ਚ ਕੋਈ ਗਿਆ ਹੈਗਾ ਪਤਾ ਲੈਣ ਉਹਦਾ ਰਹਿਣ ਦੋ ਮੈਂ ਤਾਂ ਇੱਥੇ ਪਤਾ ਲੈਣ ਹਸਪੀਟਲ ਚ ਤਾਂ ਅਸੀਂ ਜਾਣੇ ਉਹਨੂੰ ਸੁਰਤੀ ਨਹੀਂ ਹੈਗੀ ਕੋਈ ਵਿਚਾਰੀ ਨੇ ਬਹੁਤ ਕੁਝ ਕੀਤਾ ਉਹਨੇ ਵੀ ਸਭ ਡੈਡੀ ਕਰਕੇ ਤਾਂ ਉਹਨੇ ਬਹੁਤ ਵਾਰ ਗੋਲੀਆਂ ਖਾਧੀਆਂ ਸੀ ਹਾਏ ਉਹਨਾਂ ਨੇ ਕੁੱਟੀ ਬਹੁਤ ਆ ਕੁੱਟੀ ਠੀਕ ਹੋ ਜੇ ਹਨਾ ਵਿਚਾਰੀ ਨਹੀਂ ਤੀਆਂ ਰੋਣ ਜਾਣੀ ਸ਼ਾਮ ਕੋ ਹੋਣੀ ਚਾਹੀਦੀ ਸੀ ਉੱਥੇ ਕੁੱਟ ਕੁੱਟੀ ਮਾਰ ਦਿੰਦੇ ਹਾਂ ਇਹੋ ਜਿਹਾਂ ਨੂੰ ਕਿੱਥੇ ਕੁੱਟ ਸਾਰਦੀ ਐ ਉਹ ਬਸ਼ਰਮ ਹੁੰਦੀਆਂ ਨੇ ਉਹ ਤਾਂ ਚੱਲ ਤੂੰ ਐ ਦੱਸ ਤੂੰ ਸੈੱਟ ਆ ਹੁਣ ਮੈਂ ਤਾਂ ਸਹੀ ਐ ਸਾਰਾ ਕੰਮ ਕਰ ਲੈਣੀ ਆ ਹੁਣ ਤਾਂ ਰੱਖ ਲੈਂਦੀ ਕੰਮ ਵਾਲੀ ਘਰੇ ਕਿੱਥੇ ਕੰਮੋ ਇੰਨੇ ਪੈਸੇ ਝਾੜਾ ਨਾ ਲੱਗਦੇ ਨੇ 5000 ਅਗਲੀ ਮੂੰਹ ਢੱਡ ਕੇ ਕਹਿ ਦਿੰਦੀ ਹੈਗੀ ਅਸੀਂ ਦੇ ਦਾਂਗੇ ਅਸੀਂ ਪੈਸੇ
ਦੇਣ ਵਾਲੀ ਗੱਲ ਨੀ, ਦੇ ਤਾਂ ਮੈਂ ਵੀ ਦੇਵਾਂ ਪੈਸੇ, ਪਰ ਕੰਮ ਤਾਂ ਕਾਣੀ ਕਬੀਦਾਰੀ ਕਰਕੇ ਜਾਂਦੀਆਂ। ਰਸੋਈ ਚ ਜਾ ਕੇ ਦੇਖ ਤੋ ਜਿਹੜਾ ਕੂੜਾ ਚਾੜਿਆ ਪਿਆ ਹੈਗਾ। ਉੱਠ ਖੜੀ ਬਰਨਾ ਦੋਏ, ਦੇਖ ਲੈ ਤੇਰੀ ਮੰਮੀ ਤਾਂ ਨਖਰੇ ਕਰਦੀ ਹੈ ਕੰਮ ਚ, ਨਖਰੇ ਕਰਦੀ ਹੈ, ਤੈਨੂੰ ਚੱਲੀਏ? ਲੈ ਨਖਰੇ ਨਾ ਕਰਾਂ, ਹੋਰ ਕੀ ਕਰਾਂ? ਚਲਾਏ ਕਰ, ਕੱਪੜੇ ਪਾ ਤੂੰ ਸਾਡੇ ਨਾਲ ਹੀ ਚੱਲ। ਤੁਹਾਡੇ ਨਾਲ ਮੈਂ ਕੀ ਕਰੂੰ, ਹੁਣ ਤਾਂ ਮੈਂ ਤੁਹਾਡੇ ਕੋਲ ਇੰਨੇ ਦਿਨ ਲਾ ਕੇ ਆਈ ਹਾਂ। ਐਂ ਕਰੋ ਹੁਣ, ਇਹ ਮਤਲਬ ਅਸੀਂ ਇਹ ਸਮਝਾਂਗੇ ਸਾਡੇ ਨਾਲ ਗੁੱਸਾ ਹੀ ਆ ਕੋਈ? ਨਾ ਨਾ, ਗੁੱਸਾ ਤਾਂ ਕੋਈ ਨਹੀਂ ਹੈਗਾ, ਤੇ ਨਾਲੇ ਫਿਰ ਤੁਹਾਡਾ ਮਾਮਾ ਕਿਹੜਾ ਕਰੇ, ਮੈਂ ਉਹ ਤੋਂ ਬਗੈਰ ਕਿਵੇਂ ਲੱਗ ਜਾਊਂਗੀ? ਕਿਹੜਾ ਤੁਸੀਂ ਮਾਮੇ ਨੂੰ ਦੱਸ ਕੇ ਹੀ ਆਉਂਦੇ ਹੋ? ਹੋਰ ਅੱਗੇ ਦੱਸ ਕੀ ਤਾਂ ਜਾਂਦੀ ਹੁੰਦੀ ਹੈ, ਮਾਮਾ ਤਾਂ ਘਰੇ ਰਹਿੰਦਾ ਹੀ ਨਹੀਂ, ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਰਹਿੰਦਾ। ਦੋ ਦਿਨ ਐਸੇ ਬਰਕਤ ਨਾਲ ਖੇਡਣ ਮਾਰਦੇ ਲੈ ਕੇ ਆਇਆ, ਤੁਹਾਨੂੰ ਕਿਸੇ ਨੇ ਨੀ ਪੁੱਛਣਾ ਜਦੋਂ ਖੇਡਣ ਵਾਲੀ ਹੋ ਗਈ। ਤੁਸੀਂ ਐਸਾ ਨਾ ਲੈ ਜਾਓ, ਐਸੇ ਲੈ ਜਾਂਗੇ ਗੱਲ ਕਰਨ ਨੂੰ ਦੁੱਧ ਦੁੱਧ ਦੀ ਲੋੜ ਪੈਂਦੀ ਹੈ ਨਾ ਵੀ ਕਾਕੇ? ਉਹ ਵੀ ਨਿੱਪਲ ਤੇ ਲਾਈ ਹੋਈ ਆ, ਨਿੱਪਲ ਪਿਆ ਦਿਆ ਗਏ। ਚਲੋ ਪੱਕਾ ਲੈ ਕੇ ਜਾਊਂਗੇ, ਹੁਣ ਹਟਦੇ ਨੀ। ਤੇ ਘਰੇ ਰੋਟੀ ਕੌਣ ਬਣਾਊ ਸਾਡੇ? ਮਾਮਾ ਆਪੇ ਬਾਹਰੋਂ ਮੰਗਵਾ ਲੂਗਾ। ਆਹੋ ਬਾਹਰੋਂ ਮਾਲ ਹੋਗੇ ਨਾ ਵੀ, ਮਾਮੇ ਦਾ ਢਿੱਡ ਆ, ਮਾਮੇ ਨੇ ਦੋ ਰੋਟੀਆਂ ਖਾਣੀਆਂ। ਮਾਮਾ ਦਾ ਲਾਈਵ ਨਾਲ ਹੀ ਰੱਜ ਲੂਗਾ, ਕਿਸੇ ਨੂੰ ਕਹਿ ਦੂਗਾ ਲਾਈਵ ਚ ਫੜਾ ਜੋ ਫੜਾ ਜੋ, ਫੜਾ ਜੂਗਾ ਲਾਈਵ ਚ, ਦੇਈ ਖੜੇ ਨੇ ਪਰੌਂਠੇ। ਬਰਕ ਤੂੰ, ਬਰਕ ਤੂੰ ਏ ਚੱਲੇਗਾ ਸਾਡੇ ਨਾਲ ਹੈ ਸੋਨੇ? ਚੱਲੇਗਾ ਪੁੱਤ? ਉੱਠ ਖੜ, ਹੁਣ ਤਿਆਰ ਹੋ ਗਈ ਆਪਾਂ। ਕੀ ਗੱਲ ਸਾਹਿਬ, ਹੁਣ ਕੀ ਹੋ ਗਿਆ? ਰਵੀ, ਰਵੀ ਨਾ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਰਵੀ ਨਹੀਂ ਆ ਰਿਹਾ, ਘਰ ਹੀ ਨਹੀਂ ਆ ਰਿਹਾ 3-4 ਦਿਨਾਂ ਦਾ। ਪਤਾ ਤਾਂ ਤੈਨੂੰ ਸਾਰਾ ਕੁਛ ਆ, ਤੇ ਮੈਂ ਮਨਾਉਣ ਵੀ ਜਾਣਦਾ। ਕਮਾਲ ਹੋ ਗਈ ਤੁਹਾਡੀ, ਜਦੋਂ ਸਰ ਮੈਂ ਕਹੀ ਜਾਂਦੀ ਹਾਂ ਵੀ ਮੈਨੂੰ ਨਹੀਂ ਪਤਾ, ਤੁਸੀਂ ਧੱਕੇ ਨਾਲ ਮੈਨੂੰ ਕਿਵੇਂ ਮਨਾ ਲਓਗੇ? ਸੱਚ ਆ ਤਾਂ ਮੈਂ ਸੱਚ ਦੱਸ ਹੀ ਰਹੀ ਹਾਂ। ਸੱਚ ਤੂੰ ਦੱਸ ਨਹੀਂ ਰਹੀ, ਤੇ ਮੈਨੂੰ ਮਨਾਉਣਾ ਆਉਂਦਾ। ਨਾਲੇ ਤੁਸੀਂ ਜਦੋਂ ਜੀ ਚਾਹੇ ਆ ਜਾਂਦੇ ਹੋ, ਤੁਹਾਡੇ ਕੋਲ ਗ੍ਰਾਂਟ ਆਰਡਰ ਹੈਗਾ ਕੋਈ? ਤੇਰੇ ਤਾਂ ਨਹੀਂ, ਪਰ ਰਵੀ ਦੇ ਜ਼ਰੂਰ ਹੈਗੇ ਆ। ਚਲ ਰਵੀ ਦੇ ਤਾਂ ਹੋਣਗੇ। ਮੈਨੂੰ ਪਤਾ ਸੀ ਤੂੰ ਮੈਨੂੰ ਚੈਲੰਜ ਕਰੇਂਗੀ। ਕੋਈ ਗੱਲ ਨਹੀਂ ਬੀਬਾ, ਇੱਕ ਵਾਰੀ ਜਵਾਨ ਤਾਂ ਹੋ ਗਈ ਕੋਰਟ ਚੋਂ, ਫਸ ਤਾਂ ਤੂੰ ਜਾਣਾ ਹੀ ਆ ਮੇਰੇ ਕੋਲੇ, ਡਿੱਕੇ ਤਾਂ ਤੂੰ ਚੜ ਜਾਏਂਗੀ ਮੇਰੇ। ਉਹ ਤਾਂ ਸਰ ਤੁਹਾਡੀ ਗੱਲ ਠੀਕ ਹੈ, ਜੋ ਕੁਛ ਵੀ ਤੁਸੀਂ ਬੋਲਣਾ ਬੋਲੀ ਜਾਓ, ਪਰ ਜਿੰਨੀ ਦੇਰ ਤੁਹਾਡੇ ਕੋਲ ਗ੍ਰਾਂਟ ਆਰਡਰ ਨਹੀਂ ਨਾ ਹੈਗੇ, ਤੁਸੀਂ ਮੇਰੇ ਘਰ ਦੀ ਤਲਾਸ਼ੀ ਨਹੀਂ ਲੈ ਸਕਦੇ। ਮੇਰੇ ਨਾਲ ਵਰਦੀ ਜੀ ਲਹਾ ਦੂੰ ਤੁਹਾਡੀ ਮੈਂ। ਮਰ ਗਏ ਕੱਤੇ ਦੀ ਬਿਮਾਰੀ ਚ ਮੇਰੀ ਵਰਦੀ ਲਹਾਉਣ ਵਾਲੇ। ਨਾਲੇ ਰਹੀ ਗੱਲ, ਰਵੀ ਦਾ ਵੀ ਘਰ ਆ ਨਾ ਇਹ, ਤੇਰੇ ਨਾਲ ਵਿਆਹ ਹੋਇਆ ਬਹੁਤਾ। ਫਿਰ ਤੁਸੀਂ ਰਵੀ ਨੂੰ ਦੇਖੋ ਨਾ, ਮੇਰੇ ਨਾਲ ਮੈਨੂੰ ਕਿਉਂ ਪੁੱਛਦੇ ਹੋ? ਕਿਉਂ, ਖਸਮ ਤਾਂ ਤੇਰਾ ਹੀ ਆ। ਫਿਰ ਚਾਹੇ ਖਸਮ ਮੇਰਾ ਮੈਂ ਮੰਨਦੀ ਆ, ਪਰ ਜਦੋਂ ਨਹੀਂ ਆ ਰਿਹਾ ਘਰ, ਉਹ ਦੱਸ ਦੇ ਮੈਨੂੰ ਨਹੀਂ ਮਨਾਉਣਾ, ਮੈਨੂੰ ਚੰਗੀ ਤਰ੍ਹਾਂ ਆਉਂਦਾ। ਸਰ ਮੈਂ ਕਹਿ ਰਹੀ ਆ ਵੀ ਮੈਨੂੰ ਨਹੀਂ ਪਤਾ ਜੀ। ਨਾਲੇ ਰਹੀ ਗੱਲ ਤੁਹਾਡੀ ਟਿੱਕੜੀ ਦੀ, ਟੁੱਟ ਗਈ, ਦੋ ਹੀ ਰਹਿ ਗਏ। ਜਿੱਦੇ ਤੁਸੀਂ ਢਾਕ ਤੇ ਚੜ ਗਏ ਨਾ, ਛੱਡਣਾ ਤੁਹਾਡੇ ਚੋਂ ਵੀ ਕੋਈ ਨਹੀਂ ਮੈਂ। ਚਲੋ ਸਰ ਮੇਰੀ ਗੱਲ ਸੁਣੋ ਜੀ, ਹੁਣ ਮੈਂ ਤੁਹਾਨੂੰ ਕਹਿੰਦੇ ਤੁਸੀਂ ਇੱਥੋਂ ਜਾਓ, ਤੇ ਨਾਲੇ ਮੇਰਾ ਜਿਹੜਾ ਫੋਨ ਮੈਡਮ ਲੈ ਕੇ ਗਈ ਸੀ ਨਾ, ਪਲੀਜ਼ ਉਹ ਦੇ ਦਿਓ, ਮੇਰੀ ਜ਼ਮਾਨਤ ਹੋ ਚੁੱਕੀ ਆ ਹਾਈ ਕੋਰਟ ਤੋਂ, ਉਹਦੇ ਚੋਂ ਕੁਛ ਨਹੀਂ ਮਿਲਣ ਵਾਲਾ ਤੁਹਾਨੂੰ ਫੋਨ ਚੋਂ। ਨਾਲੇ ਤੁਹਾਨੂੰ ਫਿਰ ਵੀ 2 ਦਿਨ ਹੋ ਗਏ ਫੋਨ ਰੱਖੇ ਨੂੰ, ਕੁਛ ਆਇਆ ਕਿਸ ਦਾ ਫੋਨ? ਫੋਨ ਚੋਂ ਤਾਂ ਮੈਂ ਬਹੁਤ ਕੁਛ ਹਾਸਲ ਕਰ ਲਿਆ, ਜਿੱਥੋਂ ਚਿੱਟੇ ਦੀ ਸਪਲਾਈ ਲੈਣੀ ਆ ਨਾ, ਪਹੁੰਚਣ ਵਾਲਾ ਉਹ ਲੈਣ ਤੱਕ ਮੈਂ। ਚਲੋ ਤੁਸੀਂ ਆਪਦਾ ਜਿਹੜੀ ਕਾਰਵਾਈ ਆਪਦੀ ਜਾਰੀ ਰੱਖੋ, ਪਰ ਸਰ ਹੁਣ ਤੁਸੀਂ ਜਾ ਸਕਦੇ ਹੋਗੇ। ਨਾਲੇ ਇਹ ਨਾ ਸੋਚੀ ਵੀ ਕਿਸੇ ਹੋਰ ਫੋਨ ਤੋਂ ਮੈਂ ਉਹਨਾਂ ਵਪਾਰੀਆਂ ਨੂੰ ਫੋਨ ਕਰ ਦੂੰਗੀ, ਨਿਗਾ ਮੇਰੀ ਤੇਰੇ ਤੇ ਹੀ ਆ।
ਸਰ ਮੈਂ ਇਹ ਗੱਲਾਂ ਜਦੋਂ ਕਰਨੀਆਂ ਨੀ ਤੁਸੀਂ ਨਿਗਾਹ ਰੱਖੋ ਨਾ ਰੱਖੋ ਜਦੋਂ ਮੈਂ ਇਹ ਕੰਮਾਂ ਚ ਪੈਣੇ ਨੀ ਮੈਂ ਛੱਡ ਚੁੱਕੀ ਆ। ਹੋ 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 ਜਵਾਨ ਤਾਂ ਹੋਈ ਆ ਬੀਬਾ, ਬਰੀ ਨੀ ਹੋਈ ਤੂੰ, ਸਾਰਾ ਪਰਚਿਆ ਤੇਰੇ ਤੇ। ਫਿਰ ਮੈਂ ਹੁਣ ਤਾਂ ਨੀ ਇਹ ਕੰਮ ਕਰਨ ਲੱਗੀ ਜਦੋਂ ਮੈਂ ਕਹੀ ਦਿੱਤਾ ਮੈਂ ਇਹ ਕੰਮ ਕਰਨੇ ਨੀ ਹੈਗੇ। ਵਧੀ ਜਾਨੀ ਆ ਵਧੀ ਜਾਨੀ ਆ, ਜੇ ਤੂੰ ਕੱਲੀ ਜਵਾਨ ਤਾਂ ਕਰਾ ਲਈ ਨਾ ਇਹਦਾ ਮਤਲਬ ਇਹ ਨੀ ਵੀ ਖਹਿੜਾ ਛੁੱਟ ਗਿਆ। ਜਿੱਦੇ ਅਸੀਂ ਕੇਸ ਜਿੱਤ ਗਏ ਨਾ ਉਹੀ ਜੇਲ੍ਹ ਚ ਹੋਏਗੀ ਤੂੰ। ਚਲੋ ਸਰ ਤੁਸੀਂ ਜਾਓ, ਕੋਈ ਗੱਲ ਨੀ। ਨਾਲੇ ਰਹੀ ਗੱਲ ਉਹਦੇ ਲਾ ਦੀ ਯਾਰ ਨੂੰ ਸੁਨੇਹਾ, ਐਨਕਾਊਂਟਰ ਹੋਊ ਐਨਕਾਊਂਟਰ ਉਹਦਾ ਦੱਸ ਦੀ ਉਹਨੂੰ, ਮਾਜਤਾ ਉਹਦਾ ਮੈਂ। ਚਲੋ ਸਰ ਤੁਸੀਂ ਜਾ ਸਕਦੇ ਹੋ ਬਸ, ਜਿੱਥੇ ਮਰਜ਼ੀ ਤੇ ਐਨਕਾਊਂਟਰ ਹੀ ਇਹਦਾ ਕਰੂੰਗਾ। ਲੈ ਦੇਖ ਲੈ ਜਦੋਂ ਜੀ ਚਾਹੇ ਉਹਦੀ ਇੱਥੇ ਆ ਵੜਦਾ ਗਾ। ਲੱਗਦਾ ਮੈਨੂੰ ਨਾ ਜਾ ਕੇ ਗੱਲ ਕਰਨੀ ਪਊਗੀ ਕਿਸੇ ਨਾਲ, ਪਰ ਹੁਣ ਗੱਲ ਵੀ ਕਿਹਦੇ ਨਾਲ ਕਰਾਂ, ਮੇਰੇ ਨਾਲ ਕਿਹੜਾ ਕੋਈ ਹੈਗਾ ਵੀ ਮੈਂ ਗੱਲ ਕਰ ਲਾਂ। ਚਾਤਰ ਚੰਡਾਲ ਵੀ ਫੜਿਆ ਗਿਆ, ਰਹਿੰਦਾ ਖੁੰਦਾ ਆਹ ਹੋਰ ਕੰਮ ਦਾ ਸਿਆਪਾ ਪੈ ਗਿਆ। ਚੱਲ ਕੁਛ ਨਾ ਕੁਛ ਤਾਂ ਕਰਨਾ ਪੈਣਾ ਹੀ ਹੈ। ਡੈਡੀ ਜੀ ਆ ਗਏ ਬੱਤਾ? ਹਾਂਜੀ। ਚਲੋ ਮਿਲੇ ਮਿਲ ਕੇ ਕੀ ਹੋਣਾ ਸੀ, ਮਾਮੀ ਨੂੰ ਅਸੀਂ ਨਾਲ ਹੀ ਲਿਆਏ। ਨਾਲ ਹੀ ਲਿਆਏ? ਹਾਂ। ਚਲੋ ਚੰਗੀ ਗੱਲ ਆ, ਚਾਰ ਦਿਨ ਹੋਰ ਲਾ ਦੂਗੀ। ਹਾਂ ਤੇ ਮਾਮੀ ਦੇ ਮਨ ਚ ਤਾਂ ਕੋਈ ਗੱਲ ਹੀ ਨਹੀਂ ਸੀਗੀ ਏਦਾਂ ਦੀ, ਉਹ ਕਹਿੰਦੀ ਮੈਂ ਤਾਂ ਗੁੱਸਾ ਹੀ ਨਹੀਂ ਕਰਿਆ ਕਿਸੇ ਗੱਲ ਦਾ। ਤੈਨੂੰ ਦੱਸਿਆ ਤਾਂ ਸੀਗਾ ਪੁੱਤ ਵੀ ਤੁਹਾਨੂੰ ਆਪਾਂ ਨੂੰ ਆਪਦੇ ਆ ਲੱਗੀ ਜਾਂਦਾ, ਉਹ ਸਮਝਦਾਰ ਆ, ਉਹ ਐਂ ਨਹੀਂ ਕਰਦੀ ਉਹਨੂੰ ਬਾਕੀ ਸਿਰਫ ਪਤਾ ਨਾਲ ਇਹਦਾ ਸੁਭਾਅ ਦਾ, ਮਾਂ ਦੇ ਸੁਭਾਅ ਦਾ ਵਿਚਾਰ ਇਹ ਤਾਂ ਹੀ ਕਰਦੀ ਹੈ, ਉਹ ਤਾਂ ਕਟਾਜਦਾ ਵਾਹ ਆਪਣੇ ਨਾਲ। ਕੋਈ ਹੋਰ ਆਉਂਦੀ ਨਹੀਂ ਸੀ ਬਈ, ਬਹੁਤ ਔਖੀ ਮਨਾ ਕੇ ਲਿਆ ਕੇ ਮਾਮੇ ਨੂੰ ਤਾਂ ਦੱਸ ਕੇ ਵੀ ਨਹੀਂ ਲਿਆਏ ਅਸੀਂ, ਐਂ ਲਿਆ ਮਾਮੀ ਨੂੰ। ਉਹ ਘਰੇ ਭਾਲਦਾ ਰਹੂਗਾ, ਉਹ ਘਰੇ ਭਾਲ, ਇਹ ਨਹੀਂ ਪਤਾ ਥੋੜੇ ਟਾਈਮ ਨੂੰ ਮਾਮਾ ਆ ਜੇ ਮਗਰ ਹੀ। ਚਲੋ ਫੋਨ ਤੇ ਦੱਸ ਦਿੰਦੇ ਨਾ ਫਿਰ, ਨਹੀਂ ਮੈਂ ਲਾ ਦੂੰਗਾ ਫੋਨ। ਫੋਨ ਲਾ ਦੇਣੇ ਮਾਮੇ ਨੂੰ? ਹਾਂ ਲਾ ਦੋ, ਕੋਈ ਨੀ ਪੁੱਛ ਲੋ, ਨਹੀਂ ਤਾਂ ਦੱਸ ਹੀ ਦੋ ਕਹਿ ਭਾਈ ਮਾਮੀ ਇੱਥੇ ਆ। ਹਾਂ ਫਿਰ ਐਂ ਕਰਨਾ ਪਊਗਾ ਨਾ, ਨਹੀਂ ਫਿਰ ਉਹ ਕਰੀ ਜਾਊਗਾ। ਹੈਲੋ ਹੈਲੋ, ਆ ਕੀ ਹਾਲ ਚਾਲ ਮਾਮਾ? ਠੀਕ ਠਾਕ ਵਧੀਆ। ਅੱਛਾ ਕਿੱਥੇ ਆ? ਸ਼ਹਿਰ ਗਏ ਹੋ ਜੀ। ਅੱਛਾ ਅੱਛਾ, ਉਹ ਮੈਂ ਤੈਨੂੰ ਆਇਆ ਫੋਨ ਲਾਇਆ ਸੀਗਾ ਕਿ ਤੇ ਕਦੇ ਜਾ ਕੇ ਭਾਜ ਲਈ ਜਾਵੇ, ਤੇ ਅਮਨਾ ਇੱਥੇ ਆ ਗਈ ਸਾਡੇ ਕੋਲ। ਉਹ ਆਹ ਆਪਣੀ ਮਨੂ ਤੇ ਕੰਮੋ ਗੰਗਾ ਸੀ ਮਿਲਣ, ਉੱਥੇ ਨਾਲ ਹੀ ਲਿਆਈਆਂ ਉਹਨੂੰ। ਹਾਂ ਫਿਰ ਦੱਸਿਆ ਸੀ ਨੇ, ਕਹਿੰਦੇ ਦੱਸ ਕੇ ਨਹੀਂ ਆਏ। ਮੈਂ ਚੱਲ ਭਾਈ ਮੈਂ ਫੋਨ ਲਾ ਕੇ ਮੈਂ ਦੱਸ ਦੇਣਾ। ਹੋਰ ਤਾਂ ਠੀਕ ਆ ਨਾ? ਹਾਂ ਠੀਕ ਠਾਕ। ਤੇ ਮੱਕੀ ਗੱਡੀ ਕਿੱਡੀ ਕੁ ਹੋ ਗਈ ਤੇਰੀ? ਮੱਕੀ ਦਾ ਜਾ ਵੀ ਪਾ ਦਾਂਗਾ। ਪਾ ਵੀ ਦੂਜੀ ਦਾ ਪਾਇਆ ਹੋਊਗਾ ਲਾਲੂ ਵਾਲੀ ਦਾ। ਹਾਂ ਹਾਂ, ਆ ਦੂਜੀ ਦੀ ਤਾਂ ਹਜੇ ਹੁਣ ਲੱਗੀਆਂ ਹੋਣਗੀਆਂ ਸਾਲੀਆਂ ਲੱਗਣਾ। ਹਾਂ ਉਹ ਤਾਂ ਇਹ ਬੈਠ ਕੇ, ਹਾਂ ਉਹ ਤਾਂ ਲੱਗ ਜੂ ਹੋਏ 20 ਦਿਨ ਮਹੀਨੇ, ਮੈਨੂੰ ਡੂੜ ਮਹੀਨਾ ਲੱਗ ਜੂ। ਉਹਦਾ ਪਕਾਉਂਗਾ ਵੀ ਤਾਂ ਕਿਸੇ ਨੂੰ। ਅੱਛਾ ਉਹ ਵੇਚਦਾ? ਠੀਕ ਹੈ ਠੀਕ ਹੈ, ਪਰ ਬਹੁਤਾ ਜਿੰਨਾ ਕੁ ਲੋੜ ਆ ਉਹਨਾਂ ਕੋ ਚਾਰ ਪਾਲੀ। ਹਾਂ ਬਸ ਜਿੰਨਾ ਜਿਹੜਾ ਵੱਧ ਲੱਗਿਆ ਉਹਦੇ ਚੋਂ ਭਾਈ ਜੇ ਰੱਖਣਾ ਹੋਇਆ ਰੱਖ ਲੈਣੀ, ਉਹਦੇ 'ਚ ਸਾਰਾ ਵੇਚ ਦੀ। ਚਲ ਫਿਰ ਲੋਟ ਆ ਖੜੀ ਖੜੀ ਦੇ, ਲੋਟ ਆ ਬਣ ਗਿਆ 50,000 ਕਿੱਲੇ ਦਾ ਘੱਟ ਨਾ? ਪਿਛਲੀ ਵਾਰ ਤਾਂ 50 ਨੂੰ ਵਿਕ ਗਿਆ ਸੀ ਕਿੱਲਾ, ਤਾਂ ਚੰਗੀ ਮੱਕੀ ਹੋਈ 50 ਨੂੰ ਵਿਕ ਜਾਂਦਾ। ਐਂ ਤਾਂ ਹੋ ਤਾਂ ਜਾਂਦਾ ਹੀ ਆ, ਚੰਗੀ ਮੱਕੀ ਹੋਵੇ 35-40 ਦਾ ਆਰਾਮ ਨਹੀਂ ਲੰਘ ਜਾਂਦੀ ਆ। ਮੱਕੀ ਤੇ ਸਾਰਾ ਕਿਹੜਾ ਮੱਕੀ ਦੇਖ ਕੇ ਲੈਂਦਾ ਗਾ। ਚੱਲ ਠੀਕ ਆ, ਆ ਜੀ ਮਾਰ ਜੀ ਕਿਹੜਾ ਤੂੰ ਵੀ ਫਿਰ। ਠੀਕ ਆ ਠੀਕ ਹੈ।
ਬਾਹਰ ਸ਼ਹਿਰ ਗਿਆ ਵਾ ਮਤਾ ਚੱਕਰ ਨਹੀਂ ਗਿਆ ਹਲੇ ਮਾਮੇ ਨੂੰ ਕਹਿ ਦੇਣਾ ਸੀ ਰੋਟੀ ਪਾਣੀ ਬਾਹਰੋਂ ਖਾ ਆਉਂਦਾ ਰੋਟੀ ਬਣਾ ਲਓ ਬਥੇਰਾ ਮਾਮਾ ਮੈਂਟਰ ਆਉਂਦਾ ਮਾਮਾ ਰੋਟੀ ਬਣਾ ਲੈਂਦਾ ਹੋਰ ਹੁਣ ਪਹਿਲਾਂ ਹੁਣ ਨਾ ਬਣਾਊਗਾ ਤਾਂ ਆਪ ਤੇ ਉਹ ਕੰਮ ਵਾਲੀ ਰੱਖ ਲੈਂਦੇ ਨੇ ਕੰਮ ਵਾਲੀ ਤਾਂ ਹੁਣ ਵੀ ਲਾਈ
ਪਹਿਲੀ ਗੱਲ ਹਟਾਈ ਨਹੀਂ ਹੋਣੀ, ਮੈਨੂੰ ਪਤਾ ਮਾਮਾ ਨਹੀਂ ਹਟਣ ਦਿੰਦਾ, ਉਹਨੂੰ ਕਹਿੰਦਾ ਕਹਿੰਦਾ ਮਹੀਨਾ ਹੋਰ ਲੰਘ ਜਾਂਦੀ, ਬਾਕੀ ਸਿਰੇ ਉਹ ਹੁਣ ਰੋਟੀ ਚਾਦਰ ਹੋਰ ਲਾ ਜੋ, ਐਂ ਹੁਣ ਕਿੱਥੇ ਹਟਣ ਦਿੰਦਾ, ਮਹੀਨਾ ਦਾ ਸਹੀ ਰੂੜ ਮਹੀਨਾ ਦੋ ਤਾਂ ਲੰਘਾਉਣੇ ਚਾਹੀਦੇ ਆ, ਮੁੜ ਕੇ ਵੇਲਾ ਨਹੀਂ ਹੱਥ ਜਾਂਦਾ, ਹੁਣ ਤਾਂ 5000 ਦਾ ਲਾਲਚ ਕਰ ਲਾਂਗੇ, ਬਾਅਦ 'ਚ ਜਦੋਂ ਆਪਾਂ ਇਹ ਲਾਲਚ ਕਰ ਲੈਂਦੇ ਹਾਂ ਵੀ 5 ਇੱਧਰ ਵਜੋ, ਦਵਾਈ ਤਾਂ ਦੁੱਗਣੇ ਲੱਗ ਜਾਂਦੇ ਆ। ਸਹੀ ਗੱਲ ਆ ਜੀ। ਹਾਂ ਮੁੜ ਕੇ ਵੇਲਾ ਨਹੀਂ ਹੱਥ ਆਉਂਦਾ, ਮੁੜ ਕੇ ਬਾਅਦ 'ਚ ਪਤਾ ਲੱਗਦਾਗਾ 6 ਮਹੀਨੇ ਬਾਅਦ ਸਾਲ 'ਚ, ਬੰਦੇ ਨੂੰ ਬੰਦ ਬਣਾਈ ਦਾ ਜ਼ਿਆਦਾ ਜ਼ਰੂਰੀ ਆ, ਕੋਈ ਡਾਕਟਰ ਕਮਲੇ ਤਾਂ ਹੈ ਨਹੀਂ, ਕੋਈ ਡਾਕਟਰਾਂ ਦੀ ਆਪਾਂ ਨੂੰ ਮੰਨਣੀ ਚਾਹੀਦੀ ਹੁੰਦੀ ਹੈ। ਤੁਸੀਂ ਅੱਜ ਗਏ ਨਹੀਂ ਡੈਡੀ ਕਿਤੇ? ਤੈਨੂੰ ਹੋ ਗੇੜਾ ਤੇਰਾ ਲੰਬਾ ਲਵਾਇਆ ਕਰਾਂਗੇ, ਕੀ ਸੀਗਾ ਕੰਟਰੈਕਟ ਹੁੰਦਾ ਆਪਣਾ ਜਿਹੜਾ ਲੈਣੇ ਹੁੰਦੇ ਕੰਪਨੀ ਦਾ ਕੰਟਰੈਕਟ? ਹਾਂ ਮੈਂ ਕੰਟਰੈਕਟ ਕਹਿਣਾ ਨਾ, ਤੁਸੀਂ ਪੜ੍ਹੇ ਲਿਖੇ ਮਾੜਾ ਜਿਹਾ ਫਰਕ ਪਾ ਦਿੰਦੇ, ਵੱਧ ਪੜ੍ਹੇ ਨਾ ਕੰਟਰੈਕਟ ਹੀ ਕਹਿ ਰਹੇ ਹੁੰਦੇ। ਡੈਡੀ ਤੁਹਾਨੂੰ ਸਾਰਾ ਕੁਝ ਆਉਂਦਾ, ਤੁਸੀਂ ਜਾਣ ਕੇ ਇਦਾਂ ਬੋਲਦੇ ਹੁੰਦੇ ਹੋ, ਮੈਨੂੰ ਪਤਾ। ਮੈਂ ਭਾਈ ਪੰਜਾਬੀ ਚ ਗੱਲ ਕਰਦਾ ਨਾ, ਤੁਸੀਂ ਪੜ੍ਹੇ ਲਿਖੇ ਛੋਟਾ ਥੋੜਾ ਜਿਹਾ ਬੋਲਣਾ ਲੈਦਾ ਹੋਰ ਆ। ਤੇ ਕੀ ਹੋ ਗਿਆ, ਕੀ ਕੀ ਗੱਲ, ਕੀ ਪੰਗਾ ਪਿਆ ਹੋਇਆ ਉਹ ਚ? ਪੰਗਾ ਦਾ ਕੁਛ ਨਹੀਂ, ਬਸ ਹੁਣ ਤਾਂ ਹੁਣ ਫਾਰਮ ਭਰੇ ਵੇ ਦੇਖੋ ਕਿਹੜਾ ਲੈ ਜਾਂਦਾ, ਕੰਪਨੀਆਂ ਵਾਲੀਆਂ ਅੱਡੋ ਅਲੱਗ ਅਲੱਗ ਹੁੰਦੀਆਂ, ਅਗਲਾ ਕਹਿੰਦਾ ਸਾਨੂੰ ਦੇ ਦੇ ਤਾਂ ਕੰਮ ਦੇਖਦੇ ਹਾਂ, ਜਿਹੜੀ ਕੰਪਨੀ ਦਾ ਕੰਮ ਚੰਗਾ ਹੁੰਦਾ ਅਗਲਾ ਉਹਨੂੰ ਦੇ ਦਿੰਦਾ। ਚਲੋ ਠੀਕ ਹੈ, ਤੇ ਮੈਨੂੰ ਐਂ ਦੱਸੋ ਸੋਨੀ ਮਾਸੀ ਕੋਲ ਗੇੜਾ ਕੱਢ ਕੇ ਆਏ ਸੀ ਹਸਪੀਟਲ? ਹਾਂ ਜਾਇਆ ਸੀ, ਉਹ ਆਪਣਾ ਹੱਕ ਬਣਦਾ ਜਿਵੇਂ ਜਾਇਆ ਸੀਗਾ, ਉਹ ਕਹਿੰਦੀ ਮੈਂ ਹੁਣ ਠੀਕ ਹੈ ਵਧੀਆ, ਮੈਂ ਹਾਂ ਇੱਕ ਘਰੇ ਕਦੋਂ ਆਉਣਗੇ? ਘਰੇ ਤਾਂ ਭਾਵੇਂ ਅੱਜ ਲਿਆਉਂਦੇ, ਮੈਂ ਇੱਕ ਅੱਧਾ ਦਿਨ ਆਰਾਮ ਉਹਨੂੰ ਹੋਰ ਕਰ ਲੈਂਦੇ। ਲੈ ਆਇਓ, ਵਿਚਾਰੀ ਨੇ ਡੈਡੀ ਬਹੁਤ ਸਾਥ ਦਿੱਤਾ ਤੁਹਾਡਾ, ਦੇ ਲਓ। ਦੇਖ ਟਿਆਂ ਟਿਆਂ ਕਰਨ ਲੱਗ ਗਈ ਮਾਮੀ ਦੀ ਕੁੜੀ, ਵੀ ਰੋਣ ਲੱਗ ਗਈ ਹੈ ਨਾ। ਮਾਮੀ ਮੇਲਾ ਦਾ ਬਾਹਰ ਗਈ ਹੈ, ਮੈਂ ਉਹਨੂੰ ਦੇਖ ਲਾ ਚੱਕ। ਹਾਂ ਦੇਖ ਲਾ ਪੁੱਤ, ਦੇਖ ਲਾ ਇਹ ਜਵਾਗਲੀ ਰੋਈ ਨਾ ਜਾਵੇ, ਹੁਣ ਜਦੋਂ ਲੈ ਕੇ ਆਪਣਾ ਹੱਕ ਬਣਦਾ ਸਾਂਭ ਸੰਭਾਲ ਕਰਨ ਦਾ, ਜਵਾਕਾਂ ਦਾ ਹੋਰ ਕੀ ਹੁੰਦਾ, ਇੱਥੇ ਵਸਾ ਹੀ ਹੁੰਦਾ ਗਾ। ਮੈਂ ਵੀ ਐਂ ਕਰਦਾ ਅੱਜ ਮੱਕੀ ਦੇਖ ਕੇ ਆਉਣਾ ਖੇਤ ਜਾ ਕੇ, ਫਿਰ ਦੇਖਾਂਗੇ। ਸਤਿ ਸ਼੍ਰੀ ਅਕਾਲ ਐਮਐਲਏ ਸਾਹਿਬ। ਆਓ ਜੀ ਜਨਾਬ ਜੀ ਆਓ। ਹੋਰ ਠੀਕ ਹੋ ਜੀ? ਠੀਕ ਹੈ ਵਧੀਆ। ਹੋਰ ਦੱਸ ਆਪਦਾ? ਮੈਂ ਕਹਿੰਦਾ ਖੁਸ਼ੀਆਂ ਹੀ ਖੁਸ਼ੀਆਂ। ਖੁਸ਼ੀਆਂ ਹੀ ਖੁਸ਼ੀਆਂ, ਚਲ ਚੰਗੀ ਗੱਲ ਆ, ਮੈਂ ਤਾਂ ਤਰਸਦਾ ਸੀ ਖੁਸ਼ੀਆਂ ਨੂੰ। ਹੇ ਸਤਿਗੁਰ ਤੇਰੀ ਆਸਰਾ, ਲੈ ਦੱਸ ਕੀ ਖੁਸ਼ੀ ਹੈ? ਆ ਜਿਹੜਾ ਕਰਮਜੀਤ ਸੀਗਾ ਬਿੱਲੂ ਬੱਕਰਾ, ਕਰਤਾ ਇਨਕਾਊਂਟਰ ਇਹਦਾ, ਖਾਤਾ ਚੜਾਤਾ ਗੱਡੀ। ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਭਗਵਾਨ ਦਾ। ਇੱਕ ਗੱਲ ਤੈਨੂੰ ਹੋਰ ਦੱਸਦਾ, ਇਹ ਵੀ ਦੋ ਭਰਾ ਗਏ, ਫਿਰ ਆਖੇ ਮੈਂ ਪਹਿਲਾਂ ਨਹੀਂ ਦੱਸਿਆ, ਧਿਆਨ ਰੱਖੀ ਦੂਜਾ ਭਰਾ ਨਾ, ਪਹਿਲਾਂ ਜਦੋਂ ਇੱਥੇ ਡਿਊਟੀ ਹੁੰਦੀ ਸੀ ਦੂਜਾ ਭਰਾ ਇਹਦਾ ਕਾਰਡ ਜਿਹਾ ਬਦਲ ਕੇ ਆ ਗਿਆ ਜੀ ਘਰੇ ਆਪਣੇ ਬਾਰ 'ਚ ਗੇਟ 'ਤੇ। ਇੱਕ ਤਾਂ ਇਹਦੇ 'ਚ ਦੋ ਆ, ਮੈਂ ਤੁਹਾਨੂੰ ਦੱਸਦੀ ਗੱਲ, ਇਹਨਾਂ ਦੇ ਵੀ ਨਿਗਾਹ ਰੱਖਣੀ ਪਊ, ਪੰਗੇ ਪਤਾ ਨਹੀਂ ਦੋ ਦੋ ਕਿੱਥੋਂ ਭਾਲ ਕੇ ਲਿਆਉਂਦੇ ਆ। ਠੀਕ ਹੈ ਠੀਕ ਹੈ, ਮੈਨੂੰ ਕਹਿ ਵੀ ਰਿਹਾ ਸੀ, ਮੈਂ ਤਾਂ ਜੀ ਪਿੰਡਾਂ 'ਚ ਰਹਿਣ ਵਾਲਾ, ਖੇਤੀਬਾੜੀ ਵਾਲਾ, ਕਿਤੇ ਕੰਮ ਗਲਤ ਤਾਂ ਨਹੀਂ ਹੋ ਗਿਆ ਆਪਾਂ ਤੋਂ? ਉਹ ਐਂ ਕਹਿੰਦਾ ਸੀਗਾ, ਫਿਰ ਕਿਤੇ ਦੂਜੇ ਨਾਲ ਗੱਡੀ ਚਾੜਤਾ ਹੋਵੇ,
ਜਿਵੇਂ ਕਹਿੰਦੇ ਤਾਂ ਪਹਿਲਾਂ MLA ਨਾਲ ਹੋਈ ਆ, MLA ਬਚ ਗਈ, ਉਹਨੇ ਆਪਦੀ ਭੈਣ ਚੁਕਾਤੀ, ਕਿਤੇ ਉਹਦਾ ਭਰਾ ਗੱਡੀ ਚੜ ਗਿਆ ਹੋਵੇ। ਚਲੋ ਕੋਈ ਗੱਲ ਨਹੀਂ, ਇਸ ਗੱਲੋਂ ਵੀ ਤੁਸੀਂ ਬੇਫਿਕਰ ਹੋ ਜਾਓ। ਹੁਣ ਇੱਦਾਂ ਨਹੀਂ ਕਹਿ ਦੇਣਗੇ ਵੀ ਮੇਰਾ ਦੂਜਾ ਭਰਾ ਜਾਂ ਤੀਜਾ ਭਰਾ ਹੈਗਾ। ਹੁਣ ਆਪਣੇ ਕੋਲ ਰਹੀ ਗੱਲਾਂ ਕਰਮ ਜੀ ਤੇ ਜਾਓ। ਬਸ ਸਹੀ ਗੱਲ ਆ, ਇਹ ਕੰਮ ਜਾਂ ਦੋ ਦੋ ਵਾਰ ਤਾਂ ਕੰਮ ਨਿਬੇੜ ਹੀ ਦਿਓ, ਇਹ ਦੋ ਦੋ ਜੇ ਭੁਲੇਖਾ ਬਹੁਤ ਬੰਦੇ। ਤੇ ਦੂਜੀ ਕਰੋ ਮੈਡਮ, ਤੋਂ ਇਨਕਾਊਂਟਰ ਹੋ ਗਿਆ ਸ਼ੰਕੂ ਦਾ। ਸ਼ੰਕੂ ਦਾ ਵੀ ਹੋ ਗਿਆ? ਉਹ ਚੱਲ ਸ਼ੰਕੂ ਦਾ ਕਾਹਨੂੰ ਮਾਰਨਾ ਸੀ, ਉਹ ਤਾਂ ਗਰੀਬਰੀ ਸੀ। ਮੈਂ ਬਹੁਤ ਕੱਲ੍ਹ ਦਾ ਪਤਾ ਕਰਿਆ ਸੀਗਾ, ਪਿੱਛਾ ਦੇਖਿਆ ਸੀਗਾ, ਉਹ ਤਾਂ ਬਸ ਐਵੇਂ ਨਾ ਜਾਲ 'ਚ ਫਸ ਗਈ। ਜਾਲ 'ਚ ਨਹੀਂ ਫਸੀ, ਮੈਨੂੰ ਮੈਡਮ ਨੇ ਦੱਸਿਆ, ਕਹਿੰਦੇ ਧਮਕੀ ਧੁਮਕੀ ਦਿੰਦੇ ਸੀ MLA ਦੇ ਗੋਲੀ ਮਾਰੂੰ, ਅਤੇ ਨੰਬਰ 2 ਆਹ ਤੁਹਾਡੀ ਕੁੜੀ ਨੂੰ ਚੱਕਣ ਨੂੰ ਫਿਰਦੇ ਸੀ ਕੁਦਰਤ ਨੂੰ, ਇਹੀ ਖਿੱਚ ਮੈਡਮ ਨੇ ਗੋਲੀ ਮਾਰਤੀ ਉਹਦੇ। ਚਲੋ ਕੋਈ ਗੱਲ ਨਹੀਂ, ਬੈਠੇ ਹਾਂ ਆਪਾਂ, ਕੋਈ ਚੱਕਰ ਕਹਾਣੀ ਨਹੀਂ ਸਾਂਭ ਲਾਂਗੇ। ਚਲੋ MLA ਸਾਹਿਬ, ਤੁਸੀਂ ਮੈਨੂੰ ਰਾਣੀ ਮੈਡਮ ਵਾਲਾ ਤਾਂ ਪਤਾ ਕਰਕੇ ਦੱਸੋ ਵੀ ਰਾਣੀ ਆ ਜਾਂ ਬੱਬੂ ਆ। ਹੁਣ ਤਾਂ ਕਲੀਅਰ ਹੋ ਗਿਆ ਨਾ? ਹੁਣ ਤਾਂ ਕਲੀਅਰ ਹੋ ਗਿਆ ਵੀ ਇਹ ਰਾਣੀ ਕੰਮ ਕਰਨ ਵਾਲਾ, ਕੰਮ ਇਹਦੇ ਆਪਦੇ ਆਪ ਹੀ ਫਸ ਗਈ। ਉਹ ਜੇ ਉਹ ਬੱਬੂ ਹੁੰਦੀ ਇਹਨਾਂ ਦੀ ਜ਼ਮਾਨਤ ਕਰਾਉਂਦੀ ਨਹੀਂ ਸੀ, ਜੇ ਉਹ MLA ਤਾਂ ਹੀ ਜ਼ਮਾਨਤ ਕਰਾਈ, ਇਹ ਤਾਂ ਆਪਾਂ ਨੂੰ ਸਿੱਧ ਹੋ ਗਈ ਗੱਲ। ਫਿਰ ਇਹੀ ਤਾਂ ਮੈਂ ਸੋਚੀ ਜਾਂਦਾ ਵੀ ਕਿਵੇਂ ਕਰਕੇ ਹੁਣ ਆਪਾਂ ਇਹਨਾਂ ਦਾ ਹੱਲ ਆ। ਇਹਦਾ ਕੋਈ ਨਹੀਂ, ਇੱਕ ਦੋ ਆਪਾਂ ਸਬੂਤ ਹੋਰ ਇਕੱਠੇ ਕਰ ਲਗੇ, ਬਾਕੀ ਇਹ ਵੀ ਆਪਣੇ ਕੋਲ ਸਬੂਤ ਬਣ ਗਿਆ, ਇੱਕ ਦੋ ਹੋਰ ਕਰ ਲਗੇ, ਬਸ ਫਿਰ ਨਾਲ ਦੀ ਨਾਲ ਇਹਨੂੰ ਬਲੋਚ ਲਾਂਗੇ। ਕਰਨਾ ਤਾਂ ਹੁਣ ਐਂ ਪਊਗਾ, ਇੰਨਾ ਜ਼ਰੂਰ ਆ ਇੱਕ ਬੰਦਾ ਤੇ ਦੋ ਬੰਦੇ ਪੱਕੇ ਲਾ ਲਏ CID। ਪੱਕੇ ਨਹੀਂ, ਮੈਂ ਕਿਸੇ ਦੇ ਵੀ ਯਕੀਨ ਨਹੀਂ ਕਰ ਸਕਦਾ, ਹੁਣ CID ਮੈਂ ਆਪ ਕਰੂੰਗਾ। ਅਤੇ ਦੂਜੀ ਗੱਲ ਆ, ਜਿੱਥੇ ਇਹ ਰਹਿੰਦੀ ਆ ਉਹਦੇ ਨੇੜੇ ਤੇੜੇ ਮੈਨੂੰ ਕੋਠੀ ਦਾ ਹੱਲ ਕਰ ਦਿਓ। ਮੈਂ ਤੁਹਾਨੂੰ ਵਾਰ ਵਾਰ ਇਹ ਗੱਲ ਕਹੀ ਜਾਂਦਾ, ਕਿਤੇ ਨੁਕਸਾਨ ਆਪਾਂ ਕਰਵਾ ਲਈਏ ਚੱਲਦੀ ਬਾਜੀ 'ਚ। ਚੱਲ ਇਹ ਗੱਲ ਆ ਗਈ, ਅਤੇ ਕੱਲ੍ਹ ਨੂੰ ਤੈਨੂੰ ਕੋਠੀ ਮਿਲ ਜੂਗੀ। ਬਸ ਠੀਕ ਆ, MLA ਸਾਹਿਬ ਕਰਕੇ ਦਿਓ ਇਹ ਹੱਲ। ਤੁਹਾਨੂੰ ਦੇਖੋ ਮੇਰੇ ਮਗਰ ਮੂਹਰੇ ਕੋਈ ਵੀ ਹੈ ਨਹੀਂ ਗਾ, ਮੈਨੂੰ ਇਹ ਵੀ ਲੱਗਿਆ ਵੀ ਮੇਰੇ ਘਰ ਤੱਕ ਗਏ ਸੀ ਇਹ, ਕਿਉਂ ਮੇਰੇ ਸਿਰਫ ਮਾਂ ਪਿਓ ਆ ਉਹ ਬਾਹਰ ਬੈਠੇ ਆ ਕੈਨੇਡਾ। ਮੈਂ ਸਮਝ ਰਿਹਾ ਤੇਰੀ ਗੱਲ ਆ, ਵੀ ਇੱਥੇ ਕੋਈ ਡਰਾ ਵਾ ਕੰਮ ਹੈ ਨਹੀਂ ਮੇਰਾ, ਵੀ ਉਹ ਕੰਮ ਨਹੀਂ ਵੀ ਘਰੇ ਵਗ ਜਾਣਗੇ। ਹਾਂ ਮੇਰੇ ਘਰ ਤੱਕ ਕੋਈ ਵੀ ਜਾਣ ਦੀ ਇਹਨਾਂ ਨੂੰ ਉਹ ਨਹੀਂ ਹੈਗੀ, ਕੋਈ ਮੇਰੇ ਘਰ ਦਾ ਸੁਰਾਖ ਨਹੀਂ ਲੱਭ ਸਕਦੇ ਇਹ। ਕੈਨੇਡਾ ਅਮਰੀਕਾ ਦਾ ਵੀ ਦੱਸੇ ਨਾ ਕਰ ਵੀ ਮੇਰਾ ਕੋਈ ਹੈਗਾ, ਬਸ ਇਹ ਕਹਦੇ ਕਰ ਮੇਰਾ ਤਾਂ ਕੋਈ ਹੈ ਨਹੀਂ ਗਾ, ਖਤਮ ਹੀ ਕਰ ਲੈ ਤੇ ਕਰ ਲੈ ਹੀ। ਉਹ ਕੋਈ ਗੱਲ ਨਹੀਂ MLA ਸਾਹਿਬ, ਮੇਰੇ ਘਰ ਤੱਕ ਪਹੁੰਚਣ ਨੂੰ ਬਹੁਤ ਵੱਡਾ ਜਿਗਰਾ ਚਾਹੀਦਾ। ਉਹ ਤਾਂ ਤੇਰੀ ਗੱਲ ਠੀਕ ਆ, ਫਿਰ ਵੀ ਚੱਲ ਆਏ ਆ ਨਾ, ਜਿੰਨਾ ਕੁ ਆਪਾਂ ਪੜਦਾ ਰੱਖਾਂਗੇ ਫਿਰ ਵੀ ਠੀਕ ਹੀ ਰਹਿੰਦਾ ਹੈਗਾ। ਕਰਨ ਤਾਂ ਕੀ ਕਰਦੇ ਹਾਂ ਹੁਣ, ਤਾਂ ਕਰਨ ਤਾਂ ਇੱਥੇ ਮੇਰਾ ਇਹਨਾਂ ਨੇ ਕੀ ਕਰਤਾ, ਗੱਲਾਂ ਰਹੇ ਅਸੀਂ ਐਂ ਕਰਦੇ ਹੈ, ਬੋਲਣ ਚੱਲਣ ਵਾਲੀ ਇਹ ਪੱਲੇ ਕੁਛ ਨਹੀਂ ਇਹਨਾਂ ਦੇ। ਇਹ ਤਾਂ MLA ਸਾਹਿਬ ਠੀਕ ਹੈ ਗੱਲ ਤੁਹਾਡੀ ਮੈਂ ਮੰਨਦਾ, ਪਰ ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਧਿਆਨ ਰੱਖਿਓ, ਧਿਆਨ ਰਾਣੀ ਵਾਲਾ ਕੰਮ ਹੁਣ ਆਪਾਂ ਪਹਿਲਾਂ ਕਰਾਂਗੇ, ਮੈਨੂੰ ਲੱਭ ਕੇ ਦਿਓ ਕੋਠੀ। ਹਾਂ ਕੋਠੀ ਤਾਂ ਮੈਂ ਲੱਭ ਦਿੰਦਾ ਗਾ, ਇਹ ਤਾਂ ਫਿਰ ਆਪਾਂ ਛੇਤੀ ਬੜੋ ਚਲਾਂਗੇ, ਕੋਈ ਗੱਲ ਨਹੀਂ। ਕਿੰਨਾ ਕੁ ਚਿਰ ਸਮਾਜ ਸੇਵੀ ਬਣੂਗੀ, ਕਹਿੰਦੇ ਹੁੰਦੇ ਆ 100 ਦਿਨ ਚੋਰ ਦਾ 1 ਦਿਨ ਸਾਧ ਦਾ, ਇਹ ਤਾਂ ਆਈ ਜਾਂਦਾ, ਕੋਈ ਗੱਲ ਨਹੀਂ, ਹੁਣ ਆਪਾਂ ਨੂੰ ਪਤਾ ਤਾਂ ਲੱਗ ਹੀ ਗਿਆ। ਇਹ ਤਾਂ ਗੱਲ ਹੈ ਜੀ। ਚਲੋ ਠੀਕ ਆ, ਮੈਂ ਚੱਲਦਾ ਜਨਾਬ। ਹੋਰ ਤਾਂ ਸਭ ਠੀਕ ਹੈ? ਹਾਂ ਹੋਰ ਠੀਕ ਆ ਜੀ। ਉਹ ਸੁਖਪਾਲ ਕਿਵੇਂ ਡਿਊਟੀ ਕਰਦੀ ਮੈਡਮ? ਮੈਂ ਕਹਿੰਦਾ ਪੂਰੀ ਵਧੀਆ ਡਿਊਟੀ ਕਰਦੇ ਆ ਜੀ ਉਹ। ਬਸ ਮੈਨੂੰ ਵੀ ਉਹ ਲੱਗਦਾ ਵੀ ਉਹ ਇਮਾਨਦਾਰ ਬੰਦੇ ਆ, ਉਹ ਵੇਖਣ ਵਾਲੇ ਹੈ ਨਹੀਂ ਗੇ। ਚਲੋ ਠੀਕ ਆ ਜਨਾਬ, ਚੱਲਦਾ। ਇੱਕ ਗੱਲ ਹੋਰ ਹੈ। ਹਾਂਜੀ ਬਿਲਕੁਲ, ਤੁਸੀਂ ਬੰਦੇ ਨੇ ਦੱਸਿਆ ਵੀ ਸੁਖਪਾਲ ਮੈਡਮ ਕੋਲੇ ਉਹ ਬੱਬੂ, ਫਿਰ ਬੱਬੂ ਲਾਲ ਤਾਂ ਰਾਣੀ ਲਾਲਾ ਚ, ਮੈਂ ਤੁਹਾਨੂੰ ਉਹ ਮੈਂ ਤੁਹਾਨੂੰ ਦੱਸ ਦਿੰਦਾ ਇੱਕ ਦਿਨ, ਪਰ ਸੁਖਪਾਲ ਮੈਡਮ ਨੇ ਮੈਨੂੰ ਅਜੇ ਤੱਕ ਦੱਸਿਆ ਨਹੀਂ ਜਾਂ ਉਹ ਪੜਦਾ ਰੱਖ। ਨਹੀਂ ਮੈਨੂੰ ਸਰ, ਮੈਨੂੰ ਉਹਨਾਂ ਨੇ ਸਾਰੀ ਗੱਲ ਦੱਸਤੀ ਹੈ ਜੀ। ਹਾਂ ਉਹਨਾਂ ਨੂੰ ਰਿਸ਼ਵਤ ਦੇ ਕੇ ਖਰੀਦਣਾ ਚਾਹੁੰਦੇ ਸੀਗੇ ਉਹਨਾਂ ਨੂੰ ਵੀ। ਹਾਂ ਤੇ ਉਹਨਾਂ ਦੀ ਵੀ ਮੈਡਮ ਦੀ ਵੀ ਆਪਾਂ ਨੂੰ ਬਚਤ ਰੱਖਣੀ ਪੈਣੀ ਆ, ਕਿਉਂ ਉਹਨਾਂ ਦੇ ਤਾਂ ਮਗਰ ਪਰਿਵਾਰ ਹੈਗਾ। ਕਹਿੰਦੇ ਵੀ ਜੇ ਨਾ ਤੂੰ ਅੱਜ ਇਹ ਪੈਸੇ ਲੈ ਕੇ ਇਹਨੂੰ ਬਾਹਰ ਕੱਢਿਆ ਤਾਂ ਤੇਰੇ ਨਾਲ ਹੋਰ ਢੰਗ ਨਾਲ ਦੇਖਾਂਗੇ ਅਸੀਂ, ਉਹ ਅਸੀਂ ਜਿਵੇਂ ਮਰਜ਼ੀ ਦੇਖੀਏ। ਹਾਂ ਗੱਲ ਧਮਕੀ ਦੇ ਕੇ ਗਏ ਹਾਂ। ਹਾਂਜੀ ਕੋਈ ਗੱਲ ਨਹੀਂ, ਆਪਾਂ ਐਂ ਕਰਾਂਗੇ
ਉਹਦੇ ਗੇਟ ਮੁਹਰੇ ਨਾ ਦੋ ਬੰਦੇ ਲਾ ਦਿਆਂਗੇ ਬਿਨਾਂ ਵਰਦੀ ਤੋਂ, ਵੀ ਉਹਦੇ ਘਰ ਕੌਣ ਆਉਂਦਾ ਕੌਣ ਜਾਂਦਾ ਗਾ। ਜਨਾਬ ਗੇਟ ਮੁਹਰੇ ਬੰਦੇ ਲਾਉਣ ਦੀ ਲੋੜ ਨਹੀਂ ਹੈਗੀ, ਉਹਦੇ ਬੱਚੇ ਵੀ ਤਾਂ ਬਾਹਰ ਜਾਂਦੇ ਆ ਪੜ੍ਹਨ, ਇਹਨਾਂ ਦਾ ਤਾਂ ਹੱਲ ਹੀ ਇੱਕ ਹੈ। ਚਲੋ ਉਹ ਤਾਂ ਕਰ ਹੀ ਦੇਣਾ ਗਾ, ਆਹ ਜਦੋਂ ਹੁਣ ਫੜੇ ਕੇ ਆਪਾਂ ਕੰਮ ਰੱਖਦੇ ਨਹੀਂ ਤਾਂ ਜਮਾਨਤ ਕਰਾ ਕੇ ਬਾਹਰ ਆ ਜਾਂਦਾ, ਬਾਹਰ ਰੱਖਣਾ ਕਰ ਜਿਹੜਾ ਵੀ ਹੱਥ ਜਾਂਦਾ ਨਾਲ ਦੇ ਨਾਲ ਠੋਕ ਦਿਓ, ਬਸ ਆਪਾਂ ਕੰਮ ਨਿਬੇੜਨਾ ਹੈ ਤਾਂ ਕੰਮ ਨਿਬੇੜਨਾ, ਜਿਹੜਾ ਵੀ ਹੱਥ ਜਾਂਦਾ ਕੰਮ ਨਿਬੇੜ ਦਿਆ ਕਰੋ ਬਸ, ਸਿੱਧੀ ਜੀ ਗੱਲ। ਠੀਕ ਹੈ ਐਮਐਲਏ ਸਾਹਿਬ, ਚਲੋ ਮੈਂ ਚੱਲਦਾ ਜੀ ਹੁਣ, ਧੰਨਵਾਦ, ਸਤਿ ਸ਼੍ਰੀ ਅਕਾਲ। ਪੀਜ਼ਾ ਘੁੱਟਾ? ਨਹੀਂ ਨਹੀਂ ਬਸ ਜੀ, ਜਨਾਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਸਹੀ ਗੱਲ ਆ, ਮੈਂ ਵੀ ਅੱਕਿਆ ਪਿਆ ਗਾ, ਆਹ ਲੋਕਾਂ ਨੂੰ ਮਜੀਤੀਆਂ ਨੇ ਖੇਡ ਖੇਡ ਕੇ ਨਾ ਸਮਝ ਜੋ ਗੱਲ ਬਾਹਰ ਹੋਈ ਖੜੀ ਹੈ, ਇੱਥੇ ਹੁਣ ਤਾਂ ਜਿਹੜਾ ਵੀ ਮਿਲਿਆ ਕਰੂਗਾ ਨਾ ਬਸ ਭੜਕਾ ਦਿਆ ਕਰੋ, ਸਾਰਾ ਦਾ ਕੰਮ ਨਿਬੜ ਜੂਗਾ, ਬਾਅਦ 'ਚ ਦੇਖਦੇ ਕੀ ਹੁੰਦਾ ਗਾ। ਪਰਮਾਤਮਾ ਤੂੰ ਹੀ ਮੇਰੀ ਮਦਦ ਕਰੀ ਵਾਹਿਗੁਰੂ ਸੱਚੇ ਪਾਤਸ਼ਾਹ, ਹੁਣ ਤਾਂ ਤੇਰੀ ਸਹਾਰਾ ਗਾ, ਜਿੰਨਾ ਚਿਰ ਤੂੰ ਮੇਰੇ ਨਾਲ ਇਹ ਮੇਰਾ ਕੀ ਵਿਗਾੜ ਸਕਦੇ ਆ।